ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ ਲੋਕੀ ਮੰਗ ਮੰਗਾ ਕੇ ਆਪਣੇ ਬੋਲ ਬਣਾ ਕੇ ਬਹਿ ਗਏ ਨੇ ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ ਜਿਹੜੇ ਆਖਣ ਵਿੱਚ ਪੰਜਾਬੀ ਵਸੋਤ ਨਹੀਂ ਤਹਿਜ਼ੀਬ ਨਹੀਂ ਪੜ੍ਹ ਕੇ ਵੇਖਣ ਵਾਰਸ ਸ਼ਾਹ ਬਾਹੂ ਬੁੱਲਾ ਲਾਲ ਪੰਜਾਬੀ ਦਾ ਵੈਸੇ ਜਿਹੜੇ ਇਹ ਬਾਬਾ ਨਜ਼ਮੀ ਸਾਹਿਬ ਦੀਆਂ ਲਾਈਨਾਂ ਨੇ ਜੀ ਬਹੁਤ ਹੀ ਵਧੀਆ ਔਰ ਇਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਵੀ ਝੱਖੜਾਂ ਦੇ ਵਿੱਚ ਰੱਖ ਦਿੱਤਾ ਇਹ ਦੀਵਾ ਬਾਲ ਪੰਜਾਬੀ ਦਾ ਝੱਖੜਾਂ ਦੇ ਵਿੱਚ ਦੀਵਾ ਬਾਲਣ ਵਾਲਾ ਵਿਰਲਾ ਵਿਰਲਾ ਹੁੰਦਾ ਸੋ ਮੈਂ ਬਾਬਾ ਨਜ਼ਮੀ ਸਾਹਿਬ ਦੀਆਂ ਇਹਨਾਂ ਲਾਈਨਾਂ ਨਾਲ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਅੱਜ ਦੇ ਲਾਈਵ ਸ਼ੋਅ ਦੀ ਗੱਲ ਕਰੀਏ ਤਾਂ ਸਾਡੇ ਦਰਸ਼ਕਾਂ ਵਾਸਤੇ ਖਾਸ ਹੋਏਗਾ ਬਿਲਕੁਲ ਵਿਲੱਖਣ ਹੋਏਗਾ ਅੱਜ ਦਾ ਲਾਈਵ ਸ਼ੋਅ ਕਿਉਂਕਿ ਜਿਵੇਂ ਮੈਂ ਲਾਈਨਾਂ ਪੜ੍ਹੀਆਂ ਝੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ ਝੱਖੜਾਂ ਦੇ ਵਿੱਚ ਦੀਵਾ ਬਾਲਣ ਦਾ ਮਤਲਬ ਹੈਗਾ ਕਿ ਕੋਈ ਬਹੁਤ ਵੱਡਾ ਕੰਮ ਕਰਨਾ ਜਿਵੇਂ ਬਾਬਾ ਨਜ਼ਮੀ ਨੇ ਝੱਖੜਾਂ ਦੇ ਵਿੱਚ ਦੀਵਾ ਬਾਲਿਆ ਪੰਜਾਬੀ ਦਾ ਉਵੇਂ ਹੀ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਇੱਕ ਨਵਾਂ ਦੀਵਾ ਬਲਿਆ ਝੱਖੜਾਂ ਦੇ ਵਿੱਚ ਜਿਹੜਾ ਕਿ ਲਗਭਗ 2 ਸਾਲ ਬਾਅਦ ਹੁਣ ਸਾਨੂੰ ਦੇਖਣ ਨੂੰ ਮਿਲਿਆ ਕਹਿਣ ਤੋਂ ਭਾਵ ਹੈ ਇੱਕ ਐਸੀ ਪੰਜਾਬੀ ਫਿਲਮ ਆਈ ਹੈ ਜਿਹੜੀ ਕਿ ਅੱਜ ਰਿਲੀਜ਼ ਹੋ ਚੁੱਕੀ ਹੈ ਭਾਰਤ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਪਹਿਲੀ ਫਿਲਮ ਹੈਗੀ ਹੈ ਜੀ ਥੀਏਟਰ ਦੇ ਵਿੱਚ ਲੱਗੀ ਜਿਹੜੀ ਕੋਵਿਡ ਤੋਂ ਬਾਅਦ ਔਰ ਦੂਜੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਇਹ ਫਿਲਮ ਦਾ ਕਨਸੈਪਟ ਬਿਲਕੁਲ ਵੱਖਰਾ ਹੈ ਫਿਲਮ ਦਾ ਹੀਰੋ ਹਰਦੀਪ ਗਰੇਵਾਲ ਹੈ ਬਹੁਤ ਵਧੀਆ ਸਿੰਗਰ ਨੇ ਜਿੰਨੇ ਉਹਨਾਂ ਦੇ ਗਾਣੇ ਪਹਿਲਾਂ ਆਏ ਆ ਉਹ ਵੀ ਤੁਸੀਂ ਅਗਰ ਸੁਣੇ ਹੋਣ ਸਾਡੇ ਦਰਸ਼ਕਾਂ ਤਾਂ ਬਹੁਤ ਮੋਟੀਵੇਟਡ ਨੇ ਐਨ ਪੂਰਾ ਹੌਸਲਾ ਦੇਣ ਵਾਲੇ ਗੀਤ ਨੇ ਅਤੇ ਫਿਲਮ ਦੀ ਵਿਲੱਖਣਤਾ ਵੀ ਇਹ ਹੈ ਵੀ 4 ਸਾਲ ਇਸ ਫਿਲਮ ਨੂੰ ਬਣਨ ਲੱਗੇ ਆ ਅਤੇ ਉਹਨਾਂ ਨੂੰ ਇਸ ਫਿਲਮ ਵਾਸਤੇ 2 ਕਿਲੋ ਭਾਰ ਘਟਾਉਣਾ ਪਿਆ ਸੀਗਾ ਫਿਲਮ ਅਮਰੀਕਾ ਕੈਨੇਡਾ ਦੇ ਵਿੱਚ ਵੀ ਥੀਏਟਰਾਂ ਵਿੱਚ ਰਿਲੀਜ਼ ਹੋ ਰਹੀ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋ ਰਹੀ ਹੈ ਬੜੀ ਦੇਰ ਬਾਅਦ ਰਿਲੀਜ਼ ਹੋ ਰਹੀ ਹੈ ਔਰ ਉਤਸ਼ਾਹ ਹੈਗਾ ਸਾਡੇ ਦਰਸ਼ਕਾਂ ਦੇ ਵਿੱਚ ਪੂਰਾ ਸੋ ਪਹਿਲੇ ਸੈਗਮੈਂਟ ਦੇ ਵਿੱਚ ਮੇਰੇ ਨਾਲ ਇਸ ਫਿਲਮ ਬਾਰੇ ਗੱਲ ਕਰਨ ਵਾਸਤੇ ਹਰਜਿੰਦਰ ਸਿੰਘ ਜੀ ਗਿੱਲ ਸਾਹਿਬ ਕੈਨੇਡਾ ਤੋਂ ਜਿਹੜੇ ਕਿ ਇਸ ਫਿਲਮ ਦੇ ਡਿਸਟ੍ਰੀਬਿਊਟਰ ਨੇ ਅਦਰਵਾਈਜ਼ ਸਾਡੇ ਜਿੰਨੇ ਪੰਜਾਬੀ ਨੇ ਉਹ ਰੇਡੀਓ ਦੇ ਜ਼ਰੀਏ ਟੈਲੀਵਿਜ਼ਨ ਦੇ ਜ਼ਰੀਏ ਉਹਨਾਂ ਨੂੰ ਭਲੀ ਭਾਂਤ ਜਾਣਦੇ ਨੇ ਜੀ ਮੀਡੀਆ ਗਰੁੱਪ ਉਹਨਾਂ ਦਾ ਹੈਗਾ ਉਹਦੇ CEO ਨੇ ਅਤੇ ਨਾਲ ਨਾਲ ਇਸ ਫਿਲਮ ਦੇ ਡਿਸਟ੍ਰੀਬਿਊਟਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਕੈਨੇਡਾ ਦੇ ਵਿੱਚ ਪ੍ਰੀਮੀਅਰ ਹੋਇਆ ਇਸ ਫਿਲਮ ਦਾ ਅਤੇ ਕਿਵੇਂ ਰਿਹਾ ਅਤੇ ਕੀ ਰਿਸਪੌਂਸ ਹੈਗਾ ਦਰਸ਼ਕਾਂ ਦਾ ਅਤੇ ਕੀ ਇਹਦੇ 'ਚ ਖਾਸ ਹੈਗਾ ਗੱਲ ਕਰਦੇ ਹਾਂ ਜੀ ਹਰਜਿੰਦਰ ਸਿੰਘ ਗਿੱਲ ਸਾਹਿਬ ਨਾਲ ਹਰਜਿੰਦਰ ਸਿੰਘ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਜੱਗੀ ਵੀਰੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬੜਾ ਚੰਗਾ ਲੱਗ ਰਿਹਾ ਸਰ ਤੁਹਾਨੂੰ ਟੀਵੀ ਤੇ ਦੇਖਦੇ ਰਹੀਦਾ ਤੇ ਅੱਜ ਪਹਿਲੀ ਵਾਰ ਗੱਲ ਕਰਨ ਦਾ ਮੌਕਾ ਮਿਲਿਆ ਬੇਸ਼ੱਕ ਚਲੋ ਅਸੀਂ ਖੁਦ ਰੇਡੀਓ ਟੀਵੀ ਦੇ ਨਾਲ ਜੁੜੇ ਹੋਏ ਆ ਪਰ ਸੱਚੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਕਦੀ ਮੈਂ ਸੋਚਿਆ ਨਹੀਂ ਸੀ ਕਿ ਤੁਹਾਡੇ ਨਾਲ ਇਸ ਇੱਕ ਪੋਜੀਸ਼ਨ ਦੇ ਉੱਪਰ ਆ ਕੇ ਇੰਨੀ ਵੱਡੀ ਵਧੀਆ ਇੰਟਰੋਡਕਸ਼ਨ ਦੇ ਨਾਲ ਔਰ ਇੱਕ ਇੰਨੇ ਵਧੀਆ ਪ੍ਰੋਜੈਕਟ ਦੇ ਨਾਲ ਜੁੜੇ ਹੋਏ ਹੋਣ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹੋਵਾਂਗੇ ਬੜਾ ਚੰਗਾ ਲੱਗ ਰਿਹਾ ਜੱਗੀ ਵੀਰੇ ਬਹੁਤ ਸ਼ੁਕਰੀਆ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਇੱਥੇ ਨਾਰਥ ਅਮਰੀਕਾ 'ਚ ਵਸਦੇ ਸਾਡੇ ਪੰਜਾਬੀਆਂ ਦੇ ਲਈ ਤੁਸੀਂ ਇੱਕ ਬੜਾ ਵਿਲੱਖਣ ਤਰ੍ਹਾਂ ਦਾ ਪ੍ਰੋਗਰਾਮ ਇੱਕ ਵਿਲੱਖਣ ਤਰ੍ਹਾਂ ਦੀ ਤੁਹਾਡੀ ਸ਼ੈਲੀ ਹੈ ਉਹਦੇ ਨਾਲ ਹਾਜ਼ਰ ਹੁੰਦੇ ਹੋ ਸੋ ਤੁਹਾਡਾ ਵੀ ਧੰਨਵਾਦ ਹੈ ਸਰ ਸਾਨੂੰ ਇਹ ਮੌਕਾ ਦੇਣ ਦੇ ਜੀ ਬਹੁਤ ਮਿਹਰਬਾਨੀ ਮੇਨ ਅਸੀਂ ਗੱਲ ਕਰ ਰਹੇ ਹਾਂ ਫਿਲਮ ਤੁਨਕਾ ਤੁਨਕਾ ਦੀ ਗੱਲ ਜਿਹੜੀ ਕਿ ਇੱਕ ਪਹਿਲੀ ਫਿਲਮ ਹੈਗੀ ਹੈ ਥੀਏਟਰਾਂ ਦੇ ਵਿੱਚ ਜਿਹੜੀ ਲੱਗੀ ਅੱਜ ਔਰ ਮੇਰੀ ਗੱਲ ਹੋਈ ਸੀ ਇੰਡੀਆ ਵੀ ਸਾਡੇ ਦੋਸਤਾਂ ਮਿੱਤਰਾਂ ਨਾਲ ਫਿਲਮਾਂ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਸਾਰੇ ਅਤੇ ਉਹ ਦੱਸਦੇ ਸੀ ਵੀ ਬਹੁਤ ਹੀ ਵਧੀਆ ਰਿਸਪੌਂਸ ਹੈ ਸਭ ਤੋਂ ਵੱਡੀ ਗੱਲ ਹੈ ਇਸ ਫਿਲਮ ਨਾਲ ਫਿਲਮ ਦੀ ਟੀਮ ਤਾਂ ਜੁੜੀ ਹੋਈ ਹੈ ਉਹ ਪੂਰੀ ਫਿਲਮ ਇੰਡਸਟਰੀ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ ਜੀ ਉਹ ਪੂਰੀ ਫਿਲਮ ਜਿਹੜੀਆਂ ਇੰਡਸਟਰੀ ਉਹ ਇਸ ਫਿਲਮ ਵਾਸਤੇ ਦੁਆਵਾਂ ਕਰ ਰਹੀ ਹੈ ਔਰ ਫਿਲਮ ਨੂੰ ਸਪੋਰਟ ਕਰ ਰਹੀ ਹੈ ਜੇ ਵੀਰੇ ਵੈਸੇ ਮੈਂ ਨਾ ਚਾਹਾਂਗਾ ਕਿ ਬਹੁਤੀਆਂ ਗੱਲਾਂ ਮੈਂ ਨਾ ਅੱਜ ਸਾਡਾ ਇੱਥੇ ਪ੍ਰੀਮੀਅਰ ਹੋਇਆ ਸੀ ਟੋਰਾਂਟੋ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਅਸੀਂ ਐਕਚੁਅਲੀ 2 ਅਲੱਗ-ਅਲੱਗ ਸ਼ੋਅਜ਼ ਅਸੀਂ ਇਕੱਠੇ ਸਾਈਮਲਟੇਨੀਅਸਲੀ ਚਲਾਉਣੇ ਪਏ ਕਿਉਂਕਿ ਤੁਹਾਨੂੰ ਪਤਾ ਵੀ ਕੋਵਿਡ ਦੇ ਕਰਕੇ ਲਿਮਿਟ ਹੋਣ ਕਾਰਨ ਕੰਡੀਸ਼ਨਸ ਲੱਗੀਆਂ ਹੋਈਆਂ ਨੇ ਲਿਮਿਟਡ ਕਪੈਸਿਟੀ ਹੈ ਤੇ ਤੁਸੀਂ ਇਹ ਦੇਖੋ ਵੀ ਅਸੀਂ 2 ਡਿਫਰੈਂਟ ਹਾਲਸ ਸੀਗੇ ਤੇ ਉਹਨਾਂ ਦੇ ਵਿੱਚ ਸਾਈਮਲਟੇਨੀਅਸਲੀ ਜਦੋਂ ਪ੍ਰੀਮੀਅਰ ਸ਼ੁਰੂ ਕੀਤਾ ਸੇਮ ਇਸੇ ਤਰ੍ਹਾਂ ਹੀ ਸਾਡਾ ਵੈਨਕੂਵਰ ਦੇ ਵਿੱਚ ਵੀ ਅੱਜ ਪ੍ਰੀਮੀਅਰ ਸੀ ਪੰਜਾਬ ਦੇ ਵਿੱਚ ਵੀ ਪ੍ਰੀਮੀਅਰ ਹੋਇਆ ਆਸਟ੍ਰੇਲੀਆ ਦੇ ਵਿੱਚ ਵੀ ਪ੍ਰੀਮੀਅਰ ਸ਼ੋਅ ਹੋਏ ਨੇ ਤੇ ਨਾਲ ਨਾਟ ਓਨਲੀ ਪ੍ਰੀਮੀਅਰ ਸ਼ੋਅ ਬਲਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਟੋਰਾਂਟੋ ਦੀ ਸਰੀ ਦੀ ਗੱਲ ਕਰਾਂ ਤੇ ਜਾਂ ਹੋਰ ਸਾਡੇ 2-3 ਜਿਹੜੇ ਮੇਜਰ ਥੀਏਟਰਸ ਨੇ ਜਿਨ੍ਹਾਂ ਦੇ ਵਿੱਚ ਐਡਮਿੰਟਨ ਦੀ ਗੱਲ ਕਰਦੇ ਹਾਂ ਕੈਲਗਰੀ ਦੀ ਗੱਲ ਕਰਦੇ ਹਾਂ ਜਾਂ BC ਦੇ ਵਿੱਚ 2 ਥੀਏਟਰ ਸੀਗੇ ਤੇ ਇੱਥੇ ਕੈਨੇਡਾ ਦੇ ਵਿੱਚ ਅੱਜ ਇੱਕ ਟ੍ਰਿਨਿਟੀ ਕਾਮਨ ਸੋਰੀ ਮਾਫ ਕਰਨਾ ਕੋਰਟਨੀ ਪਾਰਕ ਮਿਸੀਸਾਗਾ ਦੇ ਵਿੱਚ ਥੀਏਟਰ ਹੈ ਉੱਥੇ ਬਰਾਬਰ ਨਾਲ ਫਿਲਮ ਸਵੇਰ ਤੋਂ ਲਾਂਚ ਹੋ ਗਈ ਸੀ ਪ੍ਰੀਮੀਅਰ ਤਾਂ ਜਦੋਂ ਕੀਤਾ ਹੀ ਕੀਤਾ ਪਰ ਇਹ ਫਿਲਮ ਨੂੰ ਵੀ ਲਾਂਚ ਕਰ ਦਿੱਤਾ ਗਿਆ ਸੀ ਕਿਉਂਕਿ ਨਾਰਮਲੀ ਵੈਸੇ ਆਪਾਂ ਫਰਾਈਡੇ ਵਾਲਾ ਦਿਨ ਚੂਜ਼ ਕੀਤਾ ਜਾਂਦਾ ਫਿਲਮਾਂ ਦੇ ਵਿੱਚ ਰਿਲੀਜ਼ ਕਰਨ ਲਈ
इस बार कोशिश की गई थी कि वर्ल्ड वाइड जिन्ने भी थिएटर कितने कितने जिते जिते मिलते हैं इनू वीरवार को लॉन्च किया गया तो वह बहुत वधिया सपोर्ट मिल रही थी। तो मैं वापस आना जी मैं प्रीमियर से गल की बहुत ही गल् मैं चाहागा असं रिजर्व रखा थोड़े चिर लिए क्योंकि जो थोड़ी देर बाद हरदीप गरेवाल हो रही इस फिल्म के रिलेटिड बतेरे गल सी करे मैं उ थोड़ा जहा संबोधित होंगे हुए एक जिक्र किया कि आप जो फिल्मों की गल करते हैं जगी वीरे तो असं नायक की गल करते हैं हीरो की गल करते हैं ना तो मैं ये जापता कि इस फिल्म के सचमुच एक नायक सानू देखने मिलना है एक हीरो मिलना है जिहड़ा कई बार असं तसव्वुर करी बैठे होंगे कि यार हीरो इदा का होना चाहिए जिहड़ा वाकई कोई ना कोई सुनेहा दे के जाए नॉट ओनली चलो कमर्शियल एंगल तो असं हीरो जिहड़ा एक्शन मूवीज़ दे विच हुंदा है या किसी रोमांटिक मूवीज़ दे विच हुंदा वो एक डिफरेंट जॉनर है पर जे वाकई असं देखना हो कि एक नायक किदा का होना चाहिए एक नायक साड़ी लाइफ दे विच नायक का की रोल जां सानू उहदा प्रभाव किदा का मिलना चाहिए जिहड़ी वो पॉजिटिविटी है वो तुहानू इस फिल्म दे विच डेफिनेटली मानने मिलनी है देखने मिलनी है स्ट्रगल मिलनी है तो वह काम साढ़े छोटे वीर हरदीप गरेवाल ने बखूबी निभाया मैनू कह लग्या कोई भी हिचकचाहट नहीं होनी कि सल्यूट करना बनता छोटे वीर हरदीप नूं सिर्फ इसलिए नहीं कि असं इस फिल्म नाल जुड़े हाँ जे मैं रेडियो टीवी ते इत्थे भी गल करदा सी हो सकदा जे असं इस फिल्म नूं डिस्ट्रीब्यूट ना भी कर रहे होंगे तो फिर भी शायद तां साडियां राय दे नाल असीं इस फिल्म दे बारे च जिक्र करदे तो इह बड़ी खुशकिस्मती है कि साढ़े हिस्से आया कि असीं इहनूं कैनेडा अमेरिका दे विच परिवारां दे लई लै के आए जी। गिल भाजी मैं जिहड़ी गल खास इस फिल्म बारे कहणी चाहुंदा जिन्ना कु मैं वेख्या वाचिया जिन्ना कु मैं हरदीप गरेवाल उहनां दा कम देखिया गाने देखे पहलां इह पहली पंजाबी फिल्म ऐसी है कॉन्सैप्ट फिल्म जिहनूं असीं कहिंदे आ जिहदा बकायदा कंटेंट आ और हिंदी दे विच भी गल करिए हिंदी दे विच भी सिर्फ मैनू इक्को एक हीरो जिहड़ा नज़र आउंदा जिन्हें कंसैप्ट फिल्मां बनाईआं ने कंटेंट वालीआं फिल्मां बनाईआं ने आमिर खान। सो ये उदू बाद पहली बार पंजाबी दे विच इस तरह की फिल्म जिहड़ी देखण नूं मिली है जिहदे वास्ते 22 किलो भार घटाउणा पिया हरदीप गरेवाल नूं और सारा सिर भी बिल्कुल शेव परवट्टे भी दाढ़ी भी और बहुत दसदे ने भी औखे हुए ने शूटिंग के दौरान और इस तरह की पहली फिल्म पंजाबी होएगी और मैं ये इस गल कहने तो भी नहीं मैं जगदा जी ये कि जिमें पहले समय के पंजाबी फिल्मों का नवा मोड़ आया सी वरिंदर वेले उस तो बाद मनमोहन सिंह जी ने फिल्म बनाई जी आयान वेले नवा मोड़ आया सीगा तो उस तो बाद फिल्म एक नवा मील पत्थर साबित होएगी साढ़े दर्शक पसंद करे मेरे हिसाब न। सो डेफिनेटली देखो सानू तो यही उम्मीदा है क्योंकि असी तो अपने वालों बड़ी शिद्दत दे नाल बड़ी मेहनत दे नाल बड़ी एनर्जी दे नाल बड़ी मोटिवेशन दे नाल इस फिल्म नूं रिलीज़ कर रहे हैं क्योंकि साढ़े लिए तो यह अपना प्रोडक्ट है अपना प्रोजेक्ट होने के करके इस फिल्म नाल जुड़े होना साडा तां चलो आपां इह तां कहांगे नहीं कि साडी फिल्म वधिया नहीं है देखण ना जाओ असी तां कहांगे वधिया पर फिल्म होर भी ज्यादा खुशी मिलनी है कि जदों जिहड़े बंदे देख के परिवार इस फिल्म नूं जदों सिफत करनगे और पूरी इंडस्ट्री जिवें तुसीं गल कीती सी ना इंडस्ट्री दी नज़र लगी हुई सी इंडस्ट्री इहनूं वॉच कर रही सी एक कोविड तो बाद थिएटर खोलण दे लई रस्ता पद्धरा करन दी गल कह लईए सुबह धड़ा धड़ हुण चला साडियां होर बहुत वधिया वधिया फिल्म्स आउण तुहानूं इस इंडस्ट्री दे विच फिल्मां देखण नूं मिलण बणन दे लई भी तैयार होण ते जिहड़ियां बणियां होईआं ने उहनां नूं भी वधिया रिस्पोंस मिले इह वी साडी पूरी अरदास होनी है पर असीं समझदे हां कि चलो एक बार शुरुआत हुई है साडे लई इह चैलेंज भी सी ते नाल दी नाल सानूं लगदा कि शायद इह एक साडे लई पॉजिटिव गल इह होई है कि अजे कोई बहुता ज्यादा कॉम्पीटिशन नहीं है इस वेले सो स्रोते जां परिवार जां दर्शक जिहड़े ने ओह वेट कर रहे सी वेट कर रहे ने खुल्लण दी वेट कर रहे ने लोक घरां च तड़े पए ने घरां च जिहड़े मर्जी भावें असीं 100 इंच दी स्क्रीन ला लईए 200 इंच दी ला लईए ओह मज़ा नहीं हैगा जो असीं बाहर सिनेमे दे विच जा के आउटिंग करके जां परिवार दे देखदे हां साढ़े तो इधर काफ़ी सुखावा माहौल है। तो अच्छा तुम इस फिल्म के डिस्ट्रीब्यूटर तुम कनेडा के सिनेमे दस दौ मैं अमेरिका दस देना ही। हाँ जी बिल्कुल सर अमेरिका की मैं थोड़ी गल करना भी अमेरिका के नाल अज जिते अमेरिका तो कैनेडा के जी सांझ हूँ पई है इस फिल्म की रिलीज़ हो गई है नॉर्थ अमेरिका के भी आस्ट्रेलिया न्यूजीलैंड इंडिया यूके पुर्तगाल भी रिलीज़ हुई है सो अलग अलग जे साडे रीजनज़ ने जिते इस फिल्म नूं रिलीज़ करन दे लई अलग अलग टीमों की जिम्मेवारी लगी सी ते इत्थे कैनेडा ते अमेरिका दे विच साडे हिस्से आया सी इह कम ते उहदे विच असीं कैनेडा दे विच इहनूं जगी भाई इस वेले फिलहाल ओपन जदों कीता फिल्म नूं ते 12 थिएटर्स तों ओपन कीता जी जिन्हां दे विच 3 थिएटर साडे कोल ओंटेरियो दे विच ने 2 थिएटर साडे कोल बीसी दे विच ने इस तरह 2 थिएटर कैलगरी दे विच ने साडे कोल ते अल्बर्ट एडमिंटन दे विच इक थिएटर है साडा अल्बर्टा दा हो गया 3 हो गया मैनीटोबा दे विच विनीपैग दे विच नाल दी नाल क्वेबेक दे विच असीं मॉन्ट्रियल दे विच इस फिल्म नूं लॉन्च कीता असीं सस्कैचवान दी गल करिए तां सैस्काटून ते रजाइना तो इस तरह मिला के टोटल 12 थिएटर ने जिन्हां दे विच इस फिल्म नूं रिलीज़ कीता गया कैनेडा दे विच और मेजर जिहड़ी जे गल करिए वैनकूवर अते टोरंटो दी गल करां तां बहुत खुशी नाल इह इनफॉर्मेशन सांझी करदा जी कि जिस दिन
ਇਨੀਸ਼ੀਅਲੀ ਸਿਨੇਪਲੈਕਸ ਵਾਲੇ ਜਿਹੜੇ ਨੇ ਉਹਨਾਂ ਨੇ ਸਾਨੂੰ 4 ਸਕਰੀਨਸ ਦਿੱਤੀਆਂ ਸੀ ਅੱਜ ਦੇ ਲਈ 5 ਤਰੀਕ ਨੂੰ ਓਪਨ ਕਰਨ ਦੇ ਲਈ ਤੇ ਬਹੁਤ ਖੁਸ਼ੀ ਹੋਈ ਕਿ 2 ਦਿਨ ਪਹਿਲਾਂ ਹੀ ਸਾਡੇ ਜਦੋਂ ਰਿਸਪੌਂਸ ਵਧੀਆ ਗਿਆ ਤਾਂ ਉਹਨਾਂ ਨੇ 4 ਦੀ ਜਗ੍ਹਾ ਸਾਨੂੰ 6 ਸਕਰੀਨ ਦੇ ਦਿੱਤੀਆਂ ਜਿਹੜੀਆਂ ਕਿ ਕੱਲ ਸ਼ਾਮ ਤੱਕ ਆਲਮੋਸਟ 90% ਸੋਲਡ ਸੀ ਤਾਂ ਅੱਜ ਸਵੇਰੇ ਸਾਰੇ ਦੇ ਸਾਰੇ 6 ਦੇ 6 ਸ਼ੋਅ ਸਾਡੇ ਸੋਲਡ ਆਊਟ ਗਏ ਨੇ ਜੀ ਅੱਜ ਵਾਹ ਜੀ ਵਾਹ ਵਾਹ ਜੀ ਇੱਥੇ ਸਾਡੇ ਟੋਰਾਂਟੋ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਤੇ ਅਮਰੀਕਾ ਦੇ ਵਿੱਚ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਜੀ ਅਮਰੀਕਾ ਦੇ ਵਿੱਚ ਸਾਡੇ ਨੇੜੇ ਜੀ ਗੱਲ ਕਰੀਏ ਅਸੀਂ ਲੈਥਰੋਪ ਸਾਡਾ ਸਟੂਡੀਓ ਫਰੈਜ਼ਨੋ ਦੇ ਵਿੱਚ ਫਿਲਮ ਲੱਗੀ ਹੋਈ ਹੈ ਸਿਆਰਾ ਵਿਸਤਾ ਮੂਵੀ ਅਤੇ ਬ੍ਰੈਂਡੋਨ ਮੋਡੈਸਟੋ ਵਿੱਚ ਵੀ ਲੱਗੀ ਹੋਈ ਹੈ ਸਿਨੇਮਾਰਕ ਟ੍ਰੇਸੀ ਵਿੱਚ ਵੀ ਲੱਗੀ ਹੋਈ ਹੈ ਰੋਜ਼ਵੈਲ ਵੀ ਲੱਗੀ ਹੋਈ ਹੈ ਜੀ ਸੈਕਰਾਮੈਂਟੋ ਤੋਂ ਪਰਲੇ ਪਾਸੇ ਅਤੇ ਸਿਨੇਮਾਰਕ ਯੂਬਾ ਸਿਟੀ ਵੀ ਹੈਗੀ ਹੈ ਅਤੇ ਫਰੀ ਮਾਉਂਟ ਵਿੱਚ ਵੀ ਸਿਨੇ ਗ੍ਰੈਂਡ ਦੇ ਵਿੱਚ ਇਹ ਫਿਲਮ ਲੱਗੀ ਹੋਈ ਹੈ ਅਤੇ ਫਿਰ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਕੋਲ ਤੁਸੀਂ ਇਹ ਜਾਣਕਾਰੀ ਲੈ ਸਕਦੇ ਹੋ ਅਤੇ ਹਰਜਿੰਦਰ ਭਾਅ ਜੀ ਮੈਂ ਚਾਹੁੰਦਾ ਸੀ ਹਰਦੀਪ ਗਰੇਵਾਲ ਸਾਹਿਬ ਵੀ ਵੇਟ ਕਰ ਰਹੇ ਨੇ ਅਤੇ ਅਸੀਂ ਉਹਨਾਂ ਨੂੰ ਵੀ ਗੱਲਬਾਤ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੁਬਾਰਾ ਫਿਰ ਅਸੀਂ ਜ਼ਰੂਰ ਕਿਸੇ ਨਾ ਕਿਸੇ ਵਿਸ਼ੇ 'ਤੇ ਇਕੱਠੇ ਹੋਵਾਂਗੇ ਗੱਲਬਾਤ ਕਰਾਂਗੇ ਟੀਵੀ 'ਤੇ ਦੇਖੀ ਵੀਰੇ ਬਹੁਤ ਧੰਨਵਾਦ ਤੁਹਾਡਾ ਜਸ ਪੰਜਾਬੀ ਦੀ ਪੂਰੀ ਟੀਮ ਦਾ ਅਮਰੀਕਾ 'ਚ ਵੱਸਦੇ ਕੈਨੇਡਾ ਨੌਰਥ ਅਮਰੀਕਾ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਅੱਜ ਜਿਹੜੇ ਪ੍ਰੋਗਰਾਮ ਨਾਲ ਜੁੜੇ ਹੋਏ ਸਰੋਤੇ ਇੱਕ ਵਾਰ ਫਿਰ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਚੰਗੇ ਕੰਟੈਂਟ ਨੂੰ ਚੰਗੇ ਫਿਲਮਾਂ ਨੂੰ ਚੰਗੇ ਗੀਤ ਸੰਗੀਤ ਨੂੰ ਅਸੀਂ ਕਹਿੰਦੇ ਰਹੀਦਾ ਕਿ ਪ੍ਰਮੋਟ ਹੋਣਾ ਚਾਹੀਦਾ ਤਾਂ ਹੁਣ ਸਾਡੇ ਕੋਲ ਮੌਕਾ ਹੈ ਉਹਦੇ ਵਿੱਚ ਅਸੀਂ ਉਸ ਹਿੱਸੇਦਾਰੀ ਦਾ ਹਿੱਸਾ ਬਣੀਏ ਜਿਹੜੇ ਹਿੱਸੇਦਾਰੀ ਦੇ ਵਿੱਚ ਸਾਨੂੰ ਇਹ ਕਿਹਾ ਜਾਵੇ ਕਿ ਹਾਂ ਯਾਰ ਇਹਨਾਂ ਨੇ ਪ੍ਰਮੋਟ ਕੀਤਾ ਇਹਨਾਂ ਨੇ ਸਪੋਰਟ ਕੀਤਾ ਤੋ ਇਸ ਤਰ੍ਹਾਂ ਦਾ ਕੰਟੈਂਟ ਲੈ ਕੇ ਆਏ ਆ ਬਹੁਤ ਮਿਹਰਬਾਨੀ ਸਰ ਥੈਂਕ ਯੂ ਸੋ ਮਚ ਤੁਹਾਡਾ ਇੱਕ ਵਾਰ ਫਿਰ ਪੂਰੀ ਟੀਮ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਹਰਜਿੰਦਰ ਸਿੰਘ ਜੀ ਗਿੱਲ ਸਾਹਿਬ ਜੀ ਮੀਡੀਆ ਗਰੁੱਪ ਹੈ ਜੋ ਇਸ ਫਿਲਮ ਦੇ ਡਿਸਟ੍ਰੀਬਿਊਟਰ ਨੇ ਉਹਨਾਂ ਨਾਲ ਗੱਲ ਚੱਲਦੀ ਸੀ ਹਰਦੀਪ ਗਰੇਵਾਲ ਇਸ ਫਿਲਮ ਦੇ ਹੀਰੋ ਜਿਹੜੇ ਨੇ ਤੇ ਤੁਸੀਂ ਉਹਨਾਂ ਦੀ ਗੱਲ ਸੁਣੋਗੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਸ ਹੱਦ ਤੱਕ ਵੀ ਕਹਿ ਦਿੰਦੇ ਅਸੀਂ ਵੀ ਹੀਰੋ ਬੜਾ ਵਧੀਆ ਅਤੇ ਹੀਰੋ ਨਾਲ ਬੜਾ ਕੰਮ ਬੜਾ ਵਧੀਆ ਹੁੰਦਾ ਅਤੇ ਪਰ ਉਹਦੇ ਪਿੱਛੇ ਕੀ ਕੰਮ ਆ ਕੀ ਮਿਹਨਤ ਆ ਉਹ ਅਸੀਂ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਹਰਦੀਪ ਗਰੇਵਾਲ ਸਾਹਿਬ ਨਾਲ ਥੋੜ੍ਹੀ ਦੇਰ ਵਾਸਤੇ ਤੁਹਾਡੀ ਕਾਲਾਂ ਵੀ ਜ਼ਰੂਰ ਲਵਾਂਗੇ ਅਸੀਂ ਐਸੀ ਗੱਲ ਨਹੀਂ ਪਰ ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਮੈਂ ਪ੍ਰੋਗਰਾਮ ਲੈ ਕੇ ਔਰ ਬ੍ਰੇਕ ਤੋਂ ਪਹਿਲਾਂ ਵੀ ਅਸੀਂ ਫਿਲਮ ਦੀ ਗੱਲ ਕਰ ਰਹੇ ਸੀ ਤੁਨਕਾ ਤੁਨਕਾ ਬੜੀ ਖੁਸ਼ੀ ਦੀ ਗੱਲ ਅਤੇ ਬੜੀ ਮਾਣ ਵਾਲੀ ਗੱਲ ਹੈ ਕਿ ਪਹਿਲੀ ਪੰਜਾਬੀ ਫਿਲਮ ਕੋਵਿਡ ਤੋਂ ਬਾਅਦ ਅਗਰ ਥੀਏਟਰਾਂ ਦੇ ਵਿੱਚ ਲੱਗੀ ਹੈ ਤਾਂ ਇਹ ਤੁਨਕਾ ਤੁਨਕਾ ਫਿਲਮ ਹੈ ਇਹਦੇ ਬਾਰੇ ਅਸੀਂ ਜਿਵੇਂ ਪਹਿਲਾਂ ਥੋੜ੍ਹਾ ਜ਼ਿਕਰ ਕੀਤਾ ਹੁਣ ਸਾਡੇ ਨਾਲ ਇਸ ਫਿਲਮ ਦੇ ਹੀਰੋ ਜਿਨ੍ਹਾਂ ਨੂੰ ਸਾਡੇ ਦਰਸ਼ਕ ਉਸ ਤੋਂ ਪਹਿਲਾਂ ਜਾਣਦੇ ਨੇ ਇੱਕ ਤਾਂ ਉਹ ਲੋਕ ਹੁੰਦੇ ਨੇ ਜਿਹੜੇ ਕਿਸੇ ਦੇ ਰਾਹਾਂ ਦੇ ਉੱਪਰ ਚੱਲਦੇ ਨੇ ਕੋਈ ਵਾਹਣ ਦੇ ਵਿੱਚ ਪਹਿਲਾਂ ਪੈਸਾ ਪਾਉਣਾ ਔਖਾ ਹੁੰਦਾ ਰਸਤਾ ਜਦੋਂ ਇੱਕ ਪੈ ਜਾਂਦਾ ਉਦੋਂ ਬਾਅਦ ਉਸ ਰਸਤੇ ਸਾਰੇ ਚੱਲੀ ਜਾਂਦੇ ਨੇ ਇੱਕ ਤਾਂ ਉਹ ਲੋਕ ਹੁੰਦੇ ਨੇ ਇੱਕ ਲੋਕ ਉਹ ਨੇ ਜਿਹੜੇ ਪਹਿਲਾਂ ਵਾਹਣ ਦੇ ਵਿੱਚ ਰਸਤਾ ਬਣਾਉਂਦੇ ਨੇ ਉਸ ਤੋਂ ਬਾਅਦ ਫਿਰ ਗੱਡੀਆਂ ਲੰਘੀਆਂ ਜਾਣ ਭਾਵੇਂ ਟਰੈਕਟਰ ਲੰਘੀ ਜਾਣ ਉਹਨਾਂ ਦੇ ਵਿੱਚੋਂ ਹੀ ਨੇ ਹਰਦੀਪ ਗਰੇਵਾਲ ਸਾਹਿਬ ਜਿਹਨਾਂ ਨਾਲ ਗੱਲ ਕਰਨੀ ਆ ਅਗਰ ਤੁਸੀਂ ਉਹਨਾਂ ਦੇ ਗਾਣੇ ਸੁਣੇ ਹੋਣ ਮੇਰੇ ਖਿਆਲ 2015 ਤੋਂ ਲੈ ਕੇ ਉਹ ਮਾਰਕੀਟ ਦੇ ਵਿੱਚ ਹੈਗੇ ਨੇ ਠੋਕਰ ਗਾਣੇ ਤੋਂ ਲੈ ਕੇ ਬੁਲੰਦੀਆਂ ਸੁਣ ਲਈਏ ਚਾਹੇ ਅਸੀਂ ਅਨਸਟੋਪੇਬਲ ਚਾਹੇ ਆ ਜਾ ਜ਼ਿੰਦਗੀ ਇੱਕ ਇੱਕ ਗਾਣੇ ਦੇ ਇੱਕ ਇੱਕ ਬੋਲ ਦੇ ਵਿੱਚ ਇੱਕ ਇੱਕ ਵੀਡੀਓ ਸ਼ਾਟ ਦੇ ਵਿੱਚ ਸਾਨੂੰ ਇੱਕ ਤਾਕਤ ਮਿਲਦੀ ਆ ਮੋਟੀਵੇਸ਼ਨ ਮਿਲਦੀ ਆ ਇਸ ਵੱਖਰਾ ਰਾਹ ਹਰਦੀਪ ਗਰੇਵਾਲ ਸਾਹਿਬ ਨੇ ਚੁਣਿਆ ਸੀ ਪਹਿਲਾਂ ਗਾਣਿਆਂ ਦੇ ਵਿੱਚ ਅਤੇ ਹੁਣ ਉਦੋਂ ਵੀ ਵੱਖਰਾ ਰਾਹ ਇੱਕ ਚੁਣਿਆ ਜਿਹੜਾ ਫਿਲਮ ਬਣਾਈ ਹੈ ਤੁਣਕਾ ਤੁਣਕਾ ਉਹਦੇ ਪ੍ਰੋਡਿਊਸਰ ਵੀ ਨੇ ਔਰ 4 ਸਾਲ ਇਸ ਫਿਲਮ ਨੂੰ ਬਣਾਉਣ ਨੂੰ ਲੱਗੇ ਨੇ ਔਰ 4 ਸਾਲਾਂ ਦੇ ਵਿੱਚ ਕਿੰਨਾ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਇਹਨਾਂ ਨੂੰ ਗੁਜ਼ਰਨਾ ਪਿਆ ਖੁਦ ਨੂੰ ਇਹ ਰੋਲ ਜਿਹੜਾ ਹੀਰੋ ਦਾ ਕਰਨ ਵਾਸਤੇ ਨਾਲ ਸਾਡੇ ਦਰਸ਼ਕ ਦੇਖਣਗੇ ਵੀਡੀਓ ਵੀ ਇਸ ਫਿਲਮ ਦੀਆਂ ਜਿਹੜੀਆਂ ਅਤੇ ਉਹਦੇ ਵਿੱਚੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਕਿੱਥੇ ਇਹ ਮੁੰਡਾ ਇਹ ਉਹੀ ਹੈ ਜਿਹੜਾ ਫਿਲਮ ਦੇ ਵਿੱਚ ਹੈ ਸੋ ਇੱਕ ਵੱਖਰੀ ਲਈ ਹੋਰ ਫਿਲਮਾਂ ਦੇ ਵਿੱਚ ਪਾਉਣ ਵਾਸਤੇ ਤੁਣਕਾ ਤੁਣਕਾ ਫਿਲਮ ਇਹਨਾਂ ਨੇ ਬਣਾਈ ਆ ਔਰ ਬੜੀ ਖੁਸ਼ੀ ਦੀ ਗੱਲ ਅਤੇ ਮਾਣ ਵਾਲੀ ਗੱਲ ਸ਼ੁਭਕਾਮਨਾਵਾਂ ਵੀ ਇੱਕ ਫਿਲਮ ਰਿਲੀਜ਼ ਹੋ ਚੁੱਕੀ ਹੈ ਔਰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਮਿਲਦੇ ਹਾਂ ਹਰਦੀਪ ਗਰੇਵਾਲ ਸਾਹਿਬ ਨੂੰ ਹਰਦੀਪ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਬਾਈ ਜੀ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਥੈਂਕ ਯੂ ਸੋ ਮਚ ਜੀ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾਉਣ ਲਈ ਵੈਸੇ ਤਾਂ ਬਾਈ ਜੀ ਬਹੁਤ ਇੰਟਰਵਿਊਆਂ ਕੀਤੀਆਂ ਨਾ ਬੜੀਆਂ ਕਲਾਕਾਰਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਪਰ ਅੱਜ ਮੈਂ ਇੱਕ ਸੱਚੀ ਮੁੱਚੀ ਜਿਹਦਾ ਮੈਂ ਫੈਨ ਹਾਂ ਉਹਨਾਂ ਗੱਲ ਕਰ ਰਿਹਾ ਨਹੀਂ ਨਹੀਂ ਮੈਂ ਜੇ ਤੁਸੀਂ ਐਡੀ ਗੱਲ ਕਹਿ ਰਹੇ ਹੋ ਤਾਂ ਮੈਂ ਮਾਣ ਮਹਿਸੂਸ ਕਰਦਾ ਭਾਜੀ ਇਹ ਦੇਖੋ ਜੀ ਮੈਂ ਪਹਿਲਾਂ ਗਾਣਿਆਂ ਦੇ ਤੁਹਾਡੇ ਜਿਹੜੇ ਹੈਗੇ ਨੇ ਗਾਣੇ ਜਦੋਂ ਦੇਖੇ ਸੁਣੇ ਆ ਔਰ ਮੇਰਾ ਖਿਆਲ ਆ ਵੀ ਜਦੋਂ ਵੀ ਕੋਈ ਬੰਦਾ ਗਾਣਾ ਤੁਹਾਡਾ ਕੋਈ ਦੇਖਦਾ ਤਾਂ ਉਹ ਬਿਨਾਂ ਇਮੋਸ਼ਨਲ ਬਹਿ ਹੋਏ ਬਿਨਾਂ ਨਹੀਂ ਰਹਿ ਸਕਦਾ ਚਾਹੇ ਅਸੀਂ ਇਹਦੀ ਆ ਜਾ ਜ਼ਿੰਦਗੀ ਦੀ ਗੱਲ ਕਰੀਏ ਉਹਦੇ 'ਚ ਫਿਲਮਾਇਆ ਵੀ ਬਹੁਤ ਵਧੀਆ ਅਸੀਂ ਫਿਲਮ ਵੱਲ ਜਾਣ ਤੋਂ ਪਹਿਲਾਂ ਇਹ ਭਾਜੀ ਮੈਂ ਇੱਕ ਜਾਣਨਾ ਚਾਹੁੰਦਾ ਇਹ ਤੁਹਾਡੇ ਵਿੱਚ ਜਿਹੜੀ ਇਹ ਮੋਟੀਵੇਸ਼ਨ ਵਾਲੀਆਂ ਗੱਲਾਂ ਭਰੀਆਂ ਨੇ ਆ ਫਿਲਮ ਦੇ ਵਿੱਚ ਵੀ ਮੈਨੂੰ ਲੱਗਦਾ ਜ਼ਰੂਰ ਕੋਈ ਇਸ ਤਰ੍ਹਾਂ ਦਾ ਹੋਏਗਾ ਇਹ ਤੁਹਾਨੂੰ ਪਰਿਵਾਰ ਦੇ ਵਿੱਚੋਂ ਮਿਲੀਆਂ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਭਾਜੀ ਜਦੋਂ 2015 'ਚ ਮੈਂ ਪਹਿਲਾ ਗਾਣਾ ਗਾਇਆ ਨਾ ਜਾਂ ਪਹਿਲਾਂ ਮੈਂ ਉਹ ਫੈਸਲਾ ਲਿਆ ਉਹ ਗਾਣਾ ਗਾਉਣ ਲਈ ਤਾਂ ਉਦੋਂ ਉਹ ਜੌਨਰ ਦੀ ਸਮਝ ਨਹੀਂ ਸੀਗੀ ਨਾ ਐਗਜ਼ਿਸਟ ਕਰਦਾ ਸੀ ਕਿ ਮੋਟੀਵੇਸ਼ਨਲ ਜੌਨਰ ਵੀ ਕੋਈ ਜੌਨਰ ਹੁੰਦਾ
ਇਹ ਆਮ ਚੀਜ਼ ਨਹੀਂ ਹੈਗੀ ਦੈਟਸ ਵਾਈ ਤਾਂ ਹੀ ਉਹਦੇ ਤੇ ਫਿਲਮਾਉਣ ਲਈ ਉਹਨੂੰ ਵੀਡੀਓ ਲਈ 6 ਮਹੀਨੇ ਅਸੀਂ ਲਾਏ ਵੀ ਪਰ ਉਹਦੇ ਤੋਂ ਬਾਅਦ ਜਦੋਂ ਲੋਕ ਉਸ ਗਾਣੇ ਦੇ ਥਰੂ ਮੇਰੇ ਨਾਲ ਜੁੜ ਗਏ ਜਿਹੜੀਆਂ ਫੀਲਿੰਗਸ ਨਾਲ ਮੇਰੇ ਨਾਲ ਉਹ ਜੁੜ ਗਏ ਫਿਰ ਉਹ ਯੋਨਰ ਕਹਿ ਲਓ ਜਾਂ ਮੋਟੀਵੇਸ਼ਨਲ ਯੋਨਰ ਮੇਰੇ ਅੰਦਰ ਸਮੋ ਗਿਆ ਉਹ ਮੇਰੇ ਅੰਦਰੋਂ ਹੁਣ ਨਿਕਲਿਆ ਹੀ ਨਾ ਸਾਰੀ ਜ਼ਿੰਦਗੀ ਨਿਕਲਣਾ ਹੁਣ ਜਿਵੇਂ ਸਵਾਦ ਨੀ ਆਪਾਂ ਕਹਿੰਦੇ ਹੁੰਦੇ ਵੀ ਕੰਮ ਕਰਨ ਦਾ ਸਵਾਦ ਸਵਾਦ ਆ ਸਵਾਦ ਆਉਂਦਾ ਹੁਣ ਅੱਛਾ ਮਤਲਬ ਕਈ ਵਾਰੀ ਤਾਂ ਰਿਜ਼ਲਟ ਦੀ ਸੋਚੀ ਦੀ ਵੀ ਨਹੀਂ ਬਸ ਸਵਾਦ ਲਈਦਾ ਨਹੀਂ ਬਹੁਤ ਕਈ ਕਈ ਮਿਲੀਅਨ ਵਿਊ ਨੇ ਉਹਦੇ ਚਲੋ ਅਸੀਂ ਜੇ ਗੱਲ ਕਰੀਏ ਅਗਰ ਗਾਣੇ ਜਿਹਨਾਂ ਸਾਡੇ ਦਰਸ਼ਕਾਂ ਨੇ ਦੇਖੇ ਨੇ ਇਹਨਾਂ ਦੇ ਪਹਿਲਾਂ ਅਤੇ ਉਹ ਗਾਣਿਆਂ ਤੋਂ ਵੀ ਇਹ ਸਿੱਧ ਹੋ ਜਾਂਦਾ ਵੀ ਤੁਸੀਂ ਕਿੰਨੇ ਵਧੀਆ ਐਕਟਰ ਹੋ ਤੁਹਾਡੇ ਹਾਵ ਭਾਵ ਜਿਹੜੇ ਨੇ ਐਕਸਪ੍ਰੈਸ਼ਨ ਜਿਹੜੇ ਨੇ ਬਹੁਤ ਵਧੀਆ ਉਹਦੇ 'ਚ ਹੈਗੇ ਹੁਣ ਅਸੀਂ ਉਹਨੇ ਫਿਲਮ ਵਾਲੇ ਪਾਸੇ ਫਿਲਮ ਤੁਹਾਡੀ ਪਹਿਲੀ ਹੈਗੀ ਆ ਐਜ਼ ਏ ਹੀਰੋ ਕਹਿ ਲਈਏ ਅਤੇ ਜਾਂ ਐਜ਼ ਏ ਐਕਟਰ ਵੀ ਕਹਿ ਲਈਏ ਮੈਂ ਪਹਿਲਾਂ ਹਰਜਿੰਦਰ ਗਿੱਲ ਹੁਣਾਂ ਨਾਲ ਗੱਲ ਚੱਲਦੀ ਸੀਗੀ ਮੈਂ ਕਿਹਾ ਮੈਨੂੰ ਪੰਜਾਬੀ ਦੇ ਪੂਰੇ ਫਿਲਮ ਦੇ ਇਤਿਹਾਸ ਦੇ ਵਿੱਚ ਪਹਿਲੀ ਫਿਲਮ ਇਹ ਨਜ਼ਰ ਆਈ ਹੈ ਜਿਹੜੀ ਕੰਸੈਪਟ ਫਿਲਮ ਹੈਗੀ ਆ ਜਾਂ ਜਿਹਨੂੰ ਕਹਿ ਸਕਦੇ ਕੰਟੈਂਟ ਫਿਲਮ ਅਸੀਂ ਕਹਿ ਸਕਦੇ ਹਾਂ ਵੀ ਇਦੋਂ ਪਹਿਲਾਂ ਹਿੰਦੀ ਸਿਨੇਮਾ ਦੇ ਵਿੱਚ ਆਮਿਰ ਖਾਨ ਦੀਆਂ ਫਿਲਮਾਂ ਅਸੀਂ ਦੇਖਦੇ ਹੁੰਦੇ ਸੀਗੇ ਵੀ ਜਿਹਦੇ ਵਾਸਤੇ ਇੰਨੀ ਘਾਲਣਾ ਘਾਲਣੀ ਪਈ ਹੋਵੇ ਜਿੰਨੀ ਤੁਹਾਨੂੰ ਇਸ ਫਿਲਮ ਦੇ ਵਿੱਚ ਘਾਲਣੀ ਪਈ ਆ ਔਰ ਜਿਵੇਂ ਪਹਿਲਾਂ ਮਨਮੋਹਨ ਜੀ ਨੇ ਜੀ ਆਇਆਂ ਨੂੰ ਵੇਲੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਸੀ ਔਰ ਮੇਰਾ ਇਹ ਦਿਲ ਕਹਿੰਦਾ ਦੇਖ ਕੇ ਸਾਰਾ ਕੁਛ ਵੀ ਇਹ ਫਿਲਮ ਵੀ ਇੱਕ ਨਵਾਂ ਮੋੜ ਦੇਵੇਗੀ ਪੰਜਾਬੀ ਫਿਲਮਾਂ ਨੂੰ ਕੰਸੈਪਟ ਪਹਿਲਾਂ ਲੋਕ ਪਸੰਦ ਕਰਨਗੇ ਸੋ ਇਸ ਫਿਲਮ ਦਾ ਆਈਡੀਆ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਔਰ ਮੈਂ ਤੁਹਾਡੀ ਕਈ ਜਗ੍ਹਾ ਦੇਖ ਰਿਹਾ ਸੁਣ ਰਿਹਾ ਸੀ ਬਾਅਦ ਦੇ ਵਿੱਚ ਕਈ ਵਾਰ ਤਾਂ ਔਖਾ ਵੀ ਲੱਗਿਆ ਵੀ ਕਿੱਥੇ ਪੰਗਾ ਲੈ ਲਿਆ ਅਤੇ ਕਿਵੇਂ ਆਇਆ ਜੀ ਇਹ ਫਿਲਮ ਬਣਾਉਣ ਬਾਰੇ ਆਈਡੀਆ ਤੁਨਕਾ ਤੁਨਕਾ ਭਾਈ ਪਹਿਲਾਂ ਨਾ 2016 ਦਸੰਬਰ ਦੇ ਵਿੱਚ ਅਸਲ 'ਚ ਇੱਕ ਗਾਣਾ ਬਣਾਇਆ ਸੀ ਮੈਂ ਮੋਟੀਵੇਸ਼ਨਲ ਗਾਣਾ ਸੀ ਉਹ ਵੀ ਇਸ ਫਿਲਮ ਦੇ ਵਿੱਚ ਹੈਗਾ ਖੈਰ ਉਹਦਾ ਕੰਸੈਪਟ ਜਿਹੜਾ ਸੀ ਵੀਡੀਓ ਦਾ ਉਹ ਇਸ ਫਿਲਮ ਦਾ ਵਨ ਲਾਈਨ ਕੰਸੈਪਟ ਆ ਅਸਲ 'ਚ ਅੱਛਾ ਜੀ ਉਹ ਗਾਣੇ ਦੀ ਵੀਡੀਓ ਬਣਾਉਣ ਬਾਰੇ ਜਦੋਂ ਸੋਚਿਆ ਤਾਂ ਉਹਦੇ 'ਚ ਟ੍ਰਾਂਸਫੋਰਮੇਸ਼ਨ ਲੱਗਣੀ ਸੀ ਇੱਦਾਂ ਦੀ ਹੀ ਉਹ ਸਾਨੂੰ ਇੱਦਾਂ ਲੱਗਿਆ ਕਿ ਮਿਹਨਤ ਬਹੁਤ ਜ਼ਿਆਦਾ ਲੱਗ ਜਾਣੀ ਹੈ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਸ਼ਾਇਦ ਇਹ ਗਾਣਾ ਛੋਟਾ ਰਹਿ ਜਾਣਾ ਇੰਨੇ ਐਫਰਟਸ ਲਈ ਇੰਨੇ ਟਾਈਮ ਲਈ ਵੀ ਕਿਉਂ ਨਾ ਇਹਨੂੰ ਸ਼ਾਰਟ ਮੂਵੀ ਬਣਾ ਲਿਆ ਜਾਵੇ ਜੀ 15-20 ਮਿੰਟ ਦੀ ਇੱਕ ਮੂਵੀ ਸ਼ਾਰਟ ਮੂਵੀ ਬਣਾਉਂਦੇ ਆ ਉਹਦੇ 'ਚ ਡਾਇਲੋਗਸ ਪਾ ਲੈਂਦੇ ਹਾਂ ਥੋੜੇ ਜਿਹੇ ਸੀਨ ਪਾ ਲਾਂਗੇ ਵੀ ਪਿਕਚਰਾਈਜ਼ ਵਧੀਆ ਹੋ ਜੂਗਾ ਇੰਨੀ ਮਿਹਨਤ ਵੀ ਕਰਨੀ ਆ ਪ੍ਰੈਜੈਂਟੇਬਲ ਹੋ ਜੂਗੀ ਜਦੋਂ ਡਾਇਲੋਗਸ ਜਾਂ ਸੀਨ ਸੋਚਣ ਲੱਗੇ ਜਾਂ ਲਿਖਣ ਲੱਗੇ ਤਾਂ ਸਾਨੂੰ ਇੱਦਾਂ ਮਹਿਸੂਸ ਹੋਇਆ ਕਿ ਇਸ ਕਹਾਣੀ 'ਚ ਤਾਂ ਸਕੋਪ ਹੀ ਬਹੁਤ ਜ਼ਿਆਦਾ ਅੱਛਾ ਜੀ ਉਹ ਕਹਾਣੀ ਬਹੁਤ ਵੱਡੀ ਬਣ ਜਾਂਦੀ ਸੀ ਯਾਨੀ ਉਹ ਇਕੱਲੀ ਇੱਕ ਬੰਦੇ ਦੀ ਕਹਾਣੀ ਨਹੀਂ ਸੀ ਬਣਦੀ ਫਿਰ ਉਹਦੇ ਨਾਲ ਹੋਰ ਕਹਾਣੀਆਂ ਜੁੜ ਜਾਂਦੀਆਂ ਸੀ ਸੋ ਦੈਟਸ ਵਾਈ ਉਦੋਂ ਇਹ ਫੈਸਲਾ ਲਿਆ ਗਿਆ ਕਿ ਜਦੋਂ ਹੁਣ ਇੰਨਾ ਘਾਲਣਾ ਘਾਲਣੀ ਆ ਮਤਲਬ ਇੰਨਾ ਮਿਹਨਤ ਕਰਨੀ ਇੰਨਾ ਟਾਈਮ ਲਾਉਣਾ ਥੋੜਾ ਜਿਹਾ ਹੋਰ ਸਹੀ ਕਿਉਂ ਨਾ ਫੀਚਰ ਫਿਲਮ ਬਣਾ ਲਈ ਜਾਵੇ ਚਲੋ ਬਹੁਤ ਵਧੀਆ ਔਰ ਇਹ ਫਿਲਮ ਵਾਕਈ ਇੱਕ ਵੱਖਰਾ ਮੀਲ ਪੱਥਰ ਜਿਹੜਾ ਸਥਾਪਿਤ ਕਰੂਗੀ ਅਤੇ ਭਾਅ ਜੀ ਇਹ ਜਿਹੜਾ ਮੈਂ ਦੇਖ ਰਿਹਾ ਸੀ ਕਿਤੇ ਵੀ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਲੱਗਿਆ ਵੀ ਨਹੀਂ ਮੈਂ ਮੁੜ ਕੇ ਇਹੋ ਜਿਹਾ ਕਿਰਦਾਰ ਨਹੀਂ ਕਰਨਾ ਪਰ ਮੈਨੂੰ ਇਹ ਲੱਗਦਾ ਵੀ ਫਿਲਮ ਆਉਣ ਤੋਂ ਬਾਅਦ ਲੋਕਾਂ ਦੇ ਪਿਆਰ ਤੋਂ ਬਾਅਦ ਤੁਸੀਂ ਚੈਲੇਂਜਿੰਗ ਰੋਲ ਜਿਹੜੇ ਆ ਹੋਰ ਜ਼ਿਆਦਾ ਕਰੋਗੇ ਕੋਈ ਚੈਲੇਂਜਿੰਗ ਰੋਲ ਵਾਲੇ ਸਾਡੀ ਕੋਈ ਫਿਲਮ ਪੰਜਾਬੀ ਫਿਲਮਾਂ ਦੇ ਵਿੱਚ ਕੋਈ ਨਹੀਂ ਆਈ ਪਹਿਲੀ ਫਿਲਮ ਹੈਗੀ ਜਿਹ 'ਚ ਇੱਕ ਚੈਲੇਂਜ ਤੁਹਾਨੂੰ ਮਿਲਿਆ ਸੀ ਔਰ ਤੁਸੀਂ ਉਸ ਚੈਲੇਂਜ ਨੂੰ ਸਿਰੇ ਚਾੜਿਆ ਅਤੇ ਭਾਰ ਕਿੰਨਾ ਫਿਰ 2 ਕਿਲੋ ਘਟਾਉਣਾ ਪਿਆ 2 ਕਿਲੋ ਘਟਾਉਣਾ ਪਿਆ ਭਾਜੀ 55 ਕਿਲੋ ਤੱਕ ਚਲੇ ਗਿਆ ਸੀ ਕੰਮ ਜਾਣੇ ਬਟ ਮੇਰੇ ਉਹ ਕਹਿਣ ਦਾ ਸਿਰਫ ਇੰਨਾ ਕੁ ਮਤਲਬ ਸੀ ਕਿ ਸੇਮ ਕਰੈਕਟਰ ਨਹੀਂ ਮੈਂ ਕਰੂੰਗਾ ਦੁਬਾਰਾ ਤੁਸੀਂ ਕਰੋਗੇ ਭਾਜੀ ਤੁਸੀਂ ਇਸ ਤੋਂ ਵੀ ਟਫ ਕਰੋਗੇ ਤੁਸੀਂ ਦੇਖਿਓ ਇੱਕ ਜ਼ਰੂਰ ਕਰਾਂਗੇ ਟਫ ਤਾਂ ਜ਼ਰੂਰ ਕਰਾਂਗੇ ਭਾਜੀ ਉਹ ਸਾਡੀ ਕਿਸਮਤ ਕਹਿ ਲਓ ਜਾਂ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਹੋਈ ਹੈ ਕਿਸੇ ਕੰਮ ਲਈ ਉਹ ਤਾਂ ਸਾਰੀ ਜ਼ਿੰਦਗੀ ਕਰਾਂਗੇ ਅਤੇ ਫਿਰ ਭਾਅ ਜੀ ਕਿਸ ਤਰ੍ਹਾਂ ਰਿਹਾ ਸੀ ਤਜਰਬਾ ਸੀ ਦੋਨੋਂ ਪੱਖਾਂ ਤੋਂ ਚਲੋ ਪ੍ਰੋਡਿਊਸਰ ਵਾਲਾ ਤਜਰਬਾ ਵੀ ਤੁਹਾਡਾ ਵਧੀਆ ਰਹਿ ਜਾਣਾ ਪ੍ਰੋਡਿਊਸਰ ਤੋਂ ਪ੍ਰੋਡਿਊਸਰ ਤਾਂ ਹੀ ਹੁੰਦਾ ਵੀ ਪੈਸੇ ਤੇ ਲਚਾਰ ਵੱਜ ਜਾਣ ਤਾਂ ਚਲੋ ਉਸ ਤਜਰਬਾ ਉੱਧਰੋਂ ਵਧੀਆ ਹੁੰਦਾ ਪਰ ਐਜ਼ ਏ ਹੀਰੋ ਤੁਸੀਂ ਇਸ ਫਿਲਮ ਦੇ ਵਿੱਚ ਆਏ ਹੋ ਔਰ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਭਾਈ ਮੁੰਡਾ ਚੰਗੀ ਤਰ੍ਹਾਂ ਦੇਖ ਲਓ ਜਦੋਂ ਫਿਲਮ ਦੇ ਵਿੱਚ ਪਏ ਤੁਸੀਂ ਕਹਿਣਾ ਇਹ ਮੁੰਡਾ ਉਹ ਨਹੀਂ ਹੈ ਤਾਂ ਮੁੰਡਾ ਹੋਰ ਹੈ ਅਤੇ ਇਸ ਐਜ਼ ਏ ਐਕਟਰ ਕਿਵੇਂ ਰਿਹਾ ਭਾਈ ਤਜਰਬਾ ਭਾਜੀ ਜਿਵੇਂ ਹੁਣ ਤੁਸੀਂ ਹੀਰੋ ਕਹਿੰਦੇ ਹੋ ਨਾ ਮੈਨੂੰ ਸੱਚੀ ਔਡ ਜਿਹਾ ਲੱਗਦਾ ਵੀ ਐਜ਼ ਆ ਹੀਰੋ ਉਹ ਹੀਰੋ ਸ਼ਬਦ ਮੈਨੂੰ ਲੱਗਦਾ ਬੜਾ ਅਜੀਬ ਸ਼ਬਦ ਆ ਹੁਣ ਉਹ ਐਗਜ਼ਿਸਟ ਨਹੀਂ ਕਰਦਾ ਸਿਨੇਮੇ 'ਚ ਹੁਣ ਉਹਦੀ ਜਗ੍ਹਾ ਨਹੀਂ ਹੈਗੀ ਹੀਰੋ ਦੀ ਜਗ੍ਹਾ ਕੋਈ ਨਹੀਂ ਹੈਗੀ ਭਾਜੀ ਕਨਸੈਪਟ ਫਿਲਮਾਂ 'ਚ ਤਾਂ ਖਾਸ ਤੌਰ ਤੇ ਹਾਂਜੀ ਐਕਟਰ ਦੀ ਹਾਂਜੀ ਆਪਣੇ ਵੀ ਆਊਗਾ ਸਮਾਂ ਆਪਣੇ ਸਿਨੇਮੇ 'ਚ ਵੀ ਆਊਗਾ ਬਾਕੀ ਜਿਹੜਾ ਐਕਸਪੀਰੀਅੰਸ ਦੀ ਆਪਾਂ ਗੱਲ ਕਰਦੇ ਹਾਂ ਇੱਕ ਤਾਂ ਜਰਨੀ ਬਹੁਤ ਲੰਬੀ ਸੀ ਤੇ ਕਈ ਪੜਾਅ ਸੀ ਉਹਦੇ ਵਿੱਚ 2017 ਜੂਨ ਜੁਲਾਈ ਦੇ ਵਿੱਚ ਅਸੀਂ ਪਹਿਲਾਂ ਸਕੈਜੂਲ ਸ਼ੂਟ ਕਰਕੇ ਫਿਰ ਹੌਲੀ ਹੌਲੀ ਜਿਵੇਂ ਵਾਲ ਵੱਧਦੇ ਗਏ ਵੇਟ ਵਧਾਉਂਦਾ ਗਿਆ ਤੇ ਸ਼ੂਟ ਕਰਦੇ ਗਏ 2019 ਸੈਪਟੈਂਬਰ ਅਕਤੂਬਰ ਦੇ ਵਿੱਚ ਸ਼ੂਟ ਫਿਨਿਸ਼ ਕਰ ਲਿਆ ਸੀ ਇਹਦਾ ਅੱਛਾ ਜੀ ਫਾਈਨਲ ਸਕੈਜੂਲ ਲਾ ਲਿਆ ਸੀ ਬਟ ਇੰਨੀ ਸਭ ਤੋਂ ਵੱਡੀ ਗੱਲ ਮੈਂ ਇਹ ਕਹਿੰਦਾ ਵੀ ਜਦੋਂ ਕੈਮਰਾ ਵੀ ਆਪਾਂ ਦੁਬਾਰਾ ਸਕੈਜੂਲ ਲਈ ਮੰਗਾਉਣਾ ਨਾ ਉਹ ਵੀ ਹਾਂਜੀ ਸੇਮ ਜਗ੍ਹਾ ਤੋਂ ਆਉਣਾ
ਤੇ ਉਨੀ ਹੀ ਕੁਆਲਿਟੀ ਉਹ ਕੈਮਰੇ 'ਚ ਕੋਈ ਦਿੱਕਤ ਉਹ ਵੀ ਵੱਡੀ ਗੱਲ ਹੋ ਜਾਂਦੀ ਹੈ ਕਈ ਵਾਰੀ ਕੰਟੀਨਿਊਟੀ ਦੀ ਆਪਾਂ ਗੱਲ ਕੰਟੀਨਿਊਟੀ ਯਾਦ ਰੱਖਣੀ ਬੜੀ ਔਖੀ ਹੈ ਨਹੀਂ ਤਾਂ ਸਾਂਭਣੀ ਬੜੀ ਔਖੀ ਹੈ ਨਾ ਹਾਂਜੀ ਬਿਲਕੁਲ ਤੇ ਉਹ ਚੀਜ਼ ਯਾਨੀ ਬੜੀ ਐਕਸਪੀਰੀਅੰਸ ਵਾਲੀ ਸਾਨੂੰ ਲੱਗੀ ਤੇ ਪਰ ਸਾਰਿਆਂ ਨੇ ਸਾਡੀ ਟੀਮ ਨੇ ਨਾ ਕੰਮ ਦਿਲੋਂ ਕੀਤਾ ਹਾਂਜੀ ਕੋਈ ਵੀ ਸੀ ਛੋਟੇ ਤੋਂ ਲੈ ਕੇ ਵੱਡਾ ਜਿੰਨਾ ਵੀ ਕੋਈ ਕਿਰਦਾਰ ਕਿਸੇ ਨੇ ਤਾਂ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਹਰਦੀਪ ਜੀ ਜਿਹੜੀ ਸਬਰ ਹੈਗਾ ਨਾ ਸਬਰ ਦਾ ਫਲ ਉਹ ਜ਼ਰੂਰ ਮਿਲੇਗਾ ਨਹੀਂ ਤਾਂ ਹੁਣ ਅਸੀਂ ਜਿਹੜੀਆਂ ਫਿਲਮਾਂ ਅੱਜ ਕੱਲ੍ਹ ਦੇਖਦੇ ਪੰਜਾਬੀ ਫਿਲਮਾਂ ਉਹ ਨਾਲ ਨਾਲ ਸੀਨ ਚੱਲਦੇ ਰਾਤੀ ਉਹਦੀ ਐਡਿਟਿੰਗ ਹੋ ਜਾਂਦੀ ਹੈ ਅਤੇ ਰਾਤ ਨੂੰ ਮਤਲਬ ਐਕਟਰ ਜਿਹੜਾ ਡਬਿੰਗ ਕਰਕੇ ਤਾਂ ਅਗਲੇ ਨੇ ਕਨੇਡਾ ਅਮਰੀਕਾ ਬੈਠਾ ਹੁੰਦਾ ਅਤੇ 3 ਕੁ ਮਹੀਨੇ ਦਾ ਟਾਈਮ ਮਤਲਬ ਉਹਦਾ ਦੱਸ ਦਿੰਦੇ 3 ਕੁ ਮਹੀਨੇ 'ਚ ਫਿਲਮ ਰਿਲੀਜ਼ ਹੋ ਜਾਂਦੀ ਹੈ ਔਰ 4 ਸਾਲ ਦਾ ਸਬਰ ਜਿਹੜਾ ਉਹ ਦੱਸਦਾ ਕਿ ਫਿਲਮ ਇਹ ਅਗਰ ਕਿਸੇ ਨੇ ਮੈਂ ਫਿਰ ਵਾਰ ਵਾਰ ਉਹੀ ਗੱਲ ਆ ਜਾਂਦੀ ਆਮਿਰ ਖਾਨ ਤੋਂ ਬਾਅਦ ਅਗਰ ਕੋਈ ਫਿਲਮ ਬਣੀ ਆ ਕਿਸੇ ਵੀ ਹਿੰਦੀ ਦੀ ਗੱਲ ਕਰਨੀ ਜਾਂ ਪੰਜਾਬੀ ਦੀ ਗੱਲ ਕਰੀ ਤਾਂ ਮੇਰੇ ਖਿਆਲ ਇਹ ਤੁਨਕਾ ਫਿਲਮ ਹੋਏਗੀ ਸੋ ਅੱਗੇ ਕੀ ਅਸੀਂ ਇਹ ਮੰਨਦੇ ਜੀ ਫਿਲਮ ਪ੍ਰਵਾਨ ਕਰ ਲਈ ਲੋਕਾਂ ਨੇ ਕਿਉਂਕਿ ਪਤਾ ਲੱਗ ਜਾਂਦਾ ਕਹਿੰਦੇ ਪਿੰਡ ਦਾ ਭਾਗ ਬਨੇਰਾ ਤੋਂ ਪਤਾ ਲੱਗ ਜਾਂਦੇ ਨੇ ਅਤੇ ਪਸੰਦ ਕਰ ਲਈ ਫਿਲਮ ਅਤੇ ਅੱਗੇ ਫਿਰ ਕੀ ਰੁਝੇਵੇਂ ਹੈਗੇ ਨੇ ਗਾਇਕੀ ਵਾਲੇ ਪਾਸੇ ਅਤੇ ਜਾਂ ਫਿਲਮਾਂ ਵਾਲੇ ਪਾਸੇ ਫਿਲਮਾਂ ਵਾਲੇ ਪਾਸੇ ਤਾਂ ਕੋਈ ਰੁਝੇਵਾਂ ਨਹੀਂ ਭਾਜੀ ਵਿਹਲੇ ਹੀ ਆਪਾਂ ਕੋਈ ਕਰ ਲਾਂਗੇ ਹੌਲੀ ਹੌਲੀ ਕਰਾਂਗੇ ਕੋਈ ਕਾਹਲੀ ਨਹੀਂ ਆਪਾਂ ਨੂੰ ਪਰ ਕਰਨਾ ਮਿਆਰੀ ਹੋਈ ਹੈ ਕੰਮ ਜਿੰਨਾ ਮਰਜ਼ੀ ਟਾਈਮ ਲੱਗ ਜਾਵੇ ਜੀ ਪਰ ਇਹ ਮਿਆਰ ਦਾ ਕੰਮ ਕਰਾਂਗੇ ਜਦੋਂ ਅੱਗੇ ਵੀ ਕਰਾਂਗੇ ਗਾਣੇ ਪਾਰਟ ਆਫ ਲਾਈਫ ਉਹ ਤਾਂ ਕਰਨੇ ਹੀ ਆਪਾਂ ਉਹ ਤਾਂ ਚਾਹਣ ਜੀ ਨਹੀਂ ਉਹ ਕਰੋ ਗਾਣੇ ਬਹੁਤ ਵਧੀਆ ਪਸੰਦ ਕਰਦੇ ਯੂਥ ਵੀ ਮਤਲਬ ਇਹੋ ਜਿਹਾ ਗੀਤ ਤੁਹਾਡੇ ਵਰਗੇ ਜੋ ਯੂਥ ਦੇਖਦਾ ਨਾ ਤਾਂ ਯੂਥ ਬਹੁਤ ਜੁੜਦਾ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਅੱਛਾ ਆਪਾਂ ਫਿਰ ਫਿਲਮ ਦੀ ਥੋੜ੍ਹੀ ਜਿਹੀ ਹੋਰ ਗੱਲ ਕਰ ਲਈਏ ਅਤੇ ਬਾਕੀ ਤਾਂ ਚਲੋ ਸਟੋਰੀ ਜਿਹੜੀ ਆ ਉਹ ਅਸੀਂ ਤੁਹਾਨੂੰ ਨਹੀਂ ਪੁੱਛਾਂਗੇ ਸਟੋਰੀ ਜਾ ਕੇ ਸਿਨੇਮੇ ਦੇ ਵਿੱਚ ਹੀ ਹੁਣ ਪਰਸੋਂ ਅਸੀਂ ਦੇਖਾਂਗੇ ਸਾਡੇ ਘਰ ਦੇ ਕੋਲ ਹੀ ਲੱਗੀ ਹੋਈ ਇੱਥੇ ਕੈਲੀਫੋਰਨੀਆ 'ਚ ਅਤੇ ਉਦੋਂ ਬਾਅਦ ਵੀ ਤੁਹਾਨੂੰ ਫੋਨ ਕਰਾਂਗੇ ਅਤੇ ਸਟੋਰੀ ਬੇਸ਼ੱਕ ਨਹੀਂ ਅਤੇ ਸਾਥੀ ਕਲਾਕਾਰਾਂ ਦਾ ਮਿਊਜ਼ਿਕ ਦਾ ਹੀ ਗੱਲ ਕਰ ਲਈਏ ਜੇ ਡਾਇਰੈਕਸ਼ਨ ਦੀ ਗੱਲ ਕਰ ਲਈਏ ਉਹ ਜ਼ਰੂਰ ਜਾਣਕਾਰੀ ਸਾਡੇ ਦਰਸ਼ਕਾਂ ਦੇ ਦਿਓ ਹਾਂਜੀ ਜਿਹੜੀ ਸਾਡੀ ਕਾਸਟ ਸੀ ਬਾਈ ਉਹਦੇ ਚ ਸਭ ਤੋਂ ਸੀਨੀਅਰ ਆਰਟਿਸਟ ਸਰਦਾਰ ਸੋਈ ਸਾਹਿਬ ਸਰਦਾਰ ਸੋਈ ਸਾਹਿਬ ਹੈਗੇ ਨੇ ਹਾਂਜੀ ਬਹੁਤ ਮੰਨੇ ਪਰਮੰਨੇ ਐਕਟਰ ਨੇ ਜੀ ਸਭ ਤੋਂ ਸੀਨੀਅਰ ਵੀ ਸਾਡੀ ਕਾਸਟ ਚੋਂ ਹੀ ਸੀਗੇ ਜਾਂ ਕ੍ਰੂ ਚ ਉਸ ਤੋਂ ਬਾਅਦ ਬਲਵਿੰਦਰ ਬੁਲਟ ਭਾਜੀ ਨੇ ਉਹ ਵੀ ਥੀਏਟਰ ਤੋਂ ਨੇ ਜੀ ਫਿਲਮਾਂ ਵੀ ਕੀਤੀਆਂ ਨੇ ਉਹਨਾਂ ਨੇ ਲੱਖਾ ਲਹਿਰੀ ਭਾਜੀ ਨੇ ਜੀ ਉਹ ਵੀ ਥੀਏਟਰ ਤੋਂ ਨੇ ਮੋਹਾਲੀ ਫਿਲਮਾਂ ਉਹਨਾਂ ਨੇ ਵੀ ਕੀਤੀਆਂ ਨੇ ਜੀ ਦੈਨ ਉਸ ਤੋਂ ਬਾਅਦ ਸਮੀਪ ਰਨੌਤ ਜਿਹੜਾ ਛੋਟਾ ਬੱਚਾ ਜਿਹਨੇ ਮੇਰੇ ਬਚਪਨ ਦਾ ਰੋਲ ਨਿਭਾਇਆ ਨੈਸ਼ਨਲ ਅਵਾਰਡ ਹਰਜੀਤਾ ਲਈ ਉਹਨੂੰ ਮਿਲਿਆ ਸੀ ਬਹੁਤ ਸੋਹਣਾ ਬਹੁਤ ਵਧੀਆ ਹਰਜੀਤਾ ਦੇ ਵਿੱਚ ਸੀ ਠੀਕ ਹੈ ਹਾਂਜੀ ਦੈਨ ਜਿਹੜੀ ਲੜਕੀ ਲੀਡ ਐਕਟਰੈਸ ਰੋਲ ਨਿਭਾ ਰਹੀ ਹੈ ਜੀ ਹਸ਼ਨੀਨ ਚੌਹਾਨ ਫਸਟ ਟਾਈਮਰ ਆ ਉਹ ਵੀ ਮੇਰੇ ਵਾਂਗੂ ਪਰ ਤੁਸੀਂ ਜਦੋਂ ਉਹਨੂੰ ਦੇਖੋਗੇ ਸਕਰੀਨ ਤੇ ਤਾਂ ਤੁਹਾਨੂੰ ਲੱਗੂਗਾ ਨਹੀਂ ਉਹਦੇ ਐਕਟ ਤੋਂ ਮੈਂ ਐਕਟ ਦੀ ਗੱਲ ਕਰਦਾ ਐਕਟ ਤੋਂ ਤੁਹਾਨੂੰ ਲੱਗੂਗਾ ਨਹੀਂ ਕਿ ਇਹ ਕੁੜੀ ਪਹਿਲੀ ਵਾਰ ਕੋਈ ਰੋਲ ਨਿਭਾ ਰਹੀ ਹੈ ਵੱਡੇ ਪਰਦੇ ਤੇ ਸੋ ਇਹ ਸਾਡੀ ਕਾਸਟ ਸੀ ਦੈਨ ਡਾਇਰੈਕਟ ਕੀਤੀ ਆ ਜੀ ਗੈਰੀ ਖਟਰਾਓ ਨੇ ਤੇ ਐਡਿਟ ਵੀ ਕੀਤੀ ਆ ਐਡਿਟ ਐਂਡ ਡਾਇਰੈਕਟ ਦੋਨੇ ਚੀਜ਼ਾਂ ਗੈਰੀ ਖਟਰਾਓ ਨੇ ਕੀਤੀਆਂ ਨੇ ਗਾਣੇ ਵੀ ਮੇਰੇ ਪਿੱਛੇ ਜੇ ਕੀਤੇ ਆ ਕਈ ਗਾਣੇ ਕਾਫੀ ਕੀਤੇ ਆ ਤੇ ਇਹਦੇ ਗੀਤ ਤੁਸੀਂ ਲਿਖੇ ਸਾਰੇ ਗੀਤ ਤੇ ਸਟੋਰੀ ਸਕਰੀਨ ਪਲੇ ਡਾਇਲੋਗ ਭਾਜੀ ਮੇਰਾ ਲਿਖਿਆ ਹੋਇਆ ਜੀ ਫਿਲਮ ਦਾ ਤੇ ਜਿਹੜੇ ਗੀਤ ਨੇ ਉਹ ਯਾਨੀ 4 ਤੋਂ 5 ਗੀਤ ਮੇਰੇ ਲਿਖੇ ਹੋਏ ਭਾਜੀ ਹਾਂਜੀ ਹਾਂਜੀ ਨਹੀਂ ਅਸੀਂ ਦਿਖਾਵਾਂਗੇ ਜ਼ਰੂਰ ਸਾਡੇ ਦਰਸ਼ਕਾਂ ਵੈਸੇ ਤਾਂ ਸਾਡੇ ਇੱਥੇ 4 ਚੈਨਲ ਨੇ ਡਿਸ਼ ਦੇ ਉੱਪਰ 3 ਚੈਨਲ ਇੱਕ ਧਾਰਮਿਕ 3 ਦੂਜੇ 1-2 ਹਿੰਦੀ ਦੇ ਨੇ ਮਿਊਜ਼ਿਕ ਵਾਲਾ ਸਾਰਿਆਂ 'ਤੇ ਗੀਤ ਵਗੈਰਾ ਚੱਲ ਰਹੇ ਨੇ ਤੁਹਾਡੇ ਪਰ ਮੈਂ ਤੁਹਾਡੇ ਤੋਂ ਵਿਦਾ ਲੈਣ ਤੋਂ ਦੇ ਨਾਲ ਨਾਲ ਉਹ ਗੀਤ ਤੁਹਾਡਾ ਰੱਖ ਹੌਸਲਾ ਮੈਂ ਜ਼ਰੂਰ ਦਿਖਾਉਣਾ ਚਾਹੁੰਦਾ ਸਾਡੇ ਦਰਸ਼ਕਾਂ ਨੂੰ ਗੀਤ ਸਾਰੇ ਤੁਹਾਡੇ ਗੀਤ ਵੀ ਇਹਦੇ ਬਹੁਤ ਵਧੀਆ ਬਾਪੂ ਵਾਲਾ ਗੀਤ ਜਿਹੜਾ ਉਹਦਾ ਆਪਣਾ ਨਜ਼ਾਰਾ ਹੈ ਰੱਖ ਹੌਸਲਾ ਗੀਤ ਹੈਗਾ ਅਤੇ ਕਾਫੀ ਬਹੁਤ ਵਧੀਆ ਗੀਤ ਨੇ ਸਾਰੇ ਅਤੇ ਚਲੋ ਜੀ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਵੱਲੋਂ ਤੁਹਾਨੂੰ ਅਤੇ ਪਰਮਾਤਮਾ ਚੜ੍ਹਦੀਆਂ ਕਲਾ ਬਖਸ਼ੇ ਔਰ ਇਹ ਵੱਖਰੀ ਫਿਲਮ ਜਿਹੜੀ ਤੁਸੀਂ ਲਿਆਂਦੀ ਹੈ ਇਹਦੇ ਵਾਸਤੇ ਮੈਂ ਤਾਂ ਇਹ ਸਮਝਦਾ ਵੀ ਪੰਜਾਬੀਆਂ ਵੱਲੋਂ ਵੀ ਧੰਨਵਾਦ ਕਰਨਾ ਬਣਦਾ ਨਹੀਂ ਤਾਂ ਅਸੀਂ ਇੱਕ ਲਕੀਰ ਦੇ ਫਕੀਰ ਜੇ ਬਣੇ ਹੋਏ ਸੀਗੇ ਅਤੇ ਕੋਈ ਕੰਸੈਪਟ ਫਿਲਮ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਸੀਗੀ ਅਤੇ ਠੀਕ ਹੈ ਕੋਮੇਡੀ ਫਿਲਮਾਂ ਚੱਲ ਵੀ ਜਾਂਦੀਆਂ ਹੋਣਗੀਆਂ ਪਰ ਉਹ ਕੋਈ ਪ੍ਰੋਪਰ ਫਿਲਮ ਜਿਵੇਂ ਕਈ ਨਹੀਂ ਫਿਲਮ ਹੋਣੀ ਚਾਹੀਦੀ ਹੈ ਉਹ ਕਾਫੀ ਦੇਰ ਬਾਅਦ ਫਿਲਮ ਇਹ ਆ ਰਹੀ ਹੈ ਜੀ ਕੁਛ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਅਖੀਰ ਦੇ ਵਿੱਚ ਜੀ ਮੈਂ ਇਹੀ ਕਹੂੰਗਾ ਭਾਜੀ ਕਿ ਵੈਸੇ ਤਾਂ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਪੋਸਟਰ ਤੋਂ ਰਿਲੀਜ਼ ਕੀਤਾ ਆਹੀ ਲੱਗੇ ਹੋਏ ਕਹਿਣ ਕਿ ਜ਼ਰੂਰ ਆਇਓ ਜ਼ਰੂਰ ਦੇਖਿਓ ਬਟ ਇੰਡੀਆ 'ਚ ਹੁਣ ਜਿਵੇਂ ਕੱਲ੍ਹ ਦਾ ਦਿਨ ਲੱਗ ਚੁੱਕਿਆ ਜੀ ਫਿਲਮ ਦਾ ਹਾਂਜੀ ਕੱਲ੍ਹ ਰਿਲੀਜ਼ ਹੋ ਗਈ ਸੀ 5 ਤਰੀਕ ਨੂੰ ਹਾਂਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਜੀ ਰਿਵਿਊਜ਼ ਬਹੁਤ ਹੀ ਜ਼ਿਆਦਾ ਵਧੀਆ ਮਿਲ ਰਹੇ ਆ ਹੁਣ ਯਾਨੀ ਮੈਨੂੰ ਐਂ ਲੱਗਦਾ ਕਿ ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਜਿਹੜੇ ਲੋਕ ਦੇਖ ਚੁੱਕੇ ਨੇ ਉਹ ਕਹਿਣਗੇ ਤੁਹਾਡੇ ਤੱਕ ਵੀ ਇਹ ਗੱਲ ਪਹੁੰਚ ਜਾਣੀ ਆ ਕਿਉਂਕਿ ਜਿੰਨੇ ਵੀ ਤੁਹਾਡੇ ਰਿਲੇਟਿਵ ਨੇ ਜਾਂ ਦੋਸਤ ਮਿੱਤਰ ਇੰਡੀਆ 'ਚ ਬੈਠੇ ਜਿਹੜੇ ਦੇਖ ਚੁੱਕੇ ਉਹਨਾਂ ਨੇ ਦੱਸ ਦੇਣੀ ਆ ਤੁਹਾਨੂੰ ਗੱਲ ਯਾਨੀ ਮੇਰਾ ਕੰਮ ਇੱਥੋਂ ਮੈਨੂੰ ਲੱਗਦਾ ਖਤਮ ਹੁੰਦਾ ਲੋਕਾਂ ਦਾ ਸ਼ੁਰੂ ਸਾਡਾ ਸਾਰਿਆਂ ਦਾ ਕੰਮ ਸ਼ੁਰੂ ਹੁੰਦਾ ਅਤੇ ਵੈਸੇ ਇੱਕ ਹੋਰ ਚੰਗੀ ਗੱਲ ਜਿਹੜੀ ਇਸ ਫਿਲਮ ਦੇ ਨਾਲ ਜੁੜੀ ਆ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਗਿੱਲ ਸਾਹਿਬ ਨਾਲ ਉਹ ਇਹ ਹੈ ਕਿ ਇਹ ਵੀ ਘੱਟ ਘੱਟ ਫਿਲਮਾਂ ਨੂੰ ਨਸੀਬ ਹੁੰਦੀ ਆ ਪੰਜਾਬੀ ਦੀ ਆਪਾਂ ਇੰਡਸਟਰੀ ਦੀ ਗੱਲ ਕਰੀਏ ਤਾਂ
ਤੁਹਾਡੀ ਫਿਲਮ ਦੇ ਨਾਲ ਪੂਰੀ ਫਿਲਮ ਇੰਡਸਟਰੀ ਜੁੜੀ ਸੀ, ਹਰ ਇੱਕ ਦੀਆਂ ਨਜ਼ਰਾਂ ਫਿਲਮ 'ਤੇ ਸੀਗੀ। ਇੱਕ ਤਾਂ ਕੋਵਿਡ ਤੋਂ ਬਾਅਦ ਪਹਿਲੀ ਫਿਲਮ ਰਿਲੀਜ਼ ਹੋ ਰਹੀ ਹੈ, ਇੱਕ ਵੈਸੇ ਵੀ 4 ਸਾਲ ਫਿਲਮ ਨੂੰ ਜਦੋਂ ਬਣਦੀ ਹੋਵੇ ਤਾਂ ਪੂਰੀ ਇੰਡਸਟਰੀ ਦੀਆਂ ਨਜ਼ਰਾਂ ਵੀ ਸੀਗੀਆਂ, ਅਤੇ ਪੂਰੀ ਇੰਡਸਟਰੀ ਨੇ ਮੈਂ ਸਮਝਦਾ ਜਿਸ ਤੱਕ ਮੇਰਾ ਖਿਆਲ ਹੈ ਸਪੋਰਟ ਵੀ ਕੀਤੀ ਤੁਹਾਡੀ। ਨਹੀਂ, ਕਾਫੀ ਸਪੋਰਟ ਮਿਲੀ ਹੈ ਜੀ। ਹਾਂਜੀ, ਜ਼ਿਆਦਾਤਰ ਬੰਦਿਆਂ ਨੂੰ ਮੈਂ ਜਾਣਦਾ ਨਹੀਂ ਸੀ, ਜਾਣਦਾ ਇਨ ਦਾ ਸੈਂਸ ਮੈਂ ਕਦੇ ਮਿਲਿਆ ਨਹੀਂ ਸੀਗਾ। ਕਈ ਐਕਟਰ ਜਾਂ ਕਈ ਆਰਟਿਸਟ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਸ਼ੇਅਰ ਕੀਤਾ ਜੀ ਪੋਸਟਰ ਵਗੈਰਾ ਜਾਂ, ਹਨਾ, ਤੇ ਉਹ ਫਿਰ ਚੰਗਾ ਲੱਗਦਾ ਜਦੋਂ ਤੁਸੀਂ ਕਿਸੇ ਨੂੰ ਮਿਲੇ ਨਾ ਹੋਵੋ ਤੇ ਉਹ ਤੁਹਾਨੂੰ ਸਪੋਰਟ ਕਰਦਾ ਹੋਵੇ, ਉਹਦਾ ਮਤਲਬ ਇਹ ਹੁੰਦਾ ਵੀ ਉਹਨੇ ਸ਼ਾਇਦ ਉਹਨੂੰ ਦਿਲੋਂ ਵਧੀਆ ਲੱਗੀ ਤਾਂ ਹੀ ਕੀਤਾ ਜੀ। ਚਲੋ ਜੀ, ਆਖਰੀ ਸਵਾਲ, ਜਦੋਂ ਤੁਸੀਂ ਫਿਲਮ ਦੇ ਵਿੱਚ ਸੀਨ ਜਿਹੜਾ ਪਹਿਲਾਂ ਤੁਸੀਂ ਕੀਤਾ, ਜਦੋਂ ਬਿਲਕੁਲ ਤੁਹਾਡੇ ਸਿਰ ਦੇ ਵੀ ਉੱਪਰੋਂ ਵੀ ਛੇ ਅੱਖਾਂ ਪਰਵੱਟੇ ਸਭ ਦਾੜੀ ਦੂੜੀ ਵੀ, ਅਤੇ ਉਹ ਪਹਿਲਾ ਸੀਨ ਜਦੋਂ ਉਦੋਂ ਬਾਅਦ ਕੀਤਾ, ਉਦੋਂ ਕੀ ਫੀਲਿੰਗ ਸੀ? ਸਭ ਤੋਂ ਪਹਿਲਾਂ ਤਾਂ ਭਾਜੀ ਜਦੋਂ ਉਸ ਅਪੀਅਰੈਂਸ 'ਚ ਮੈਂ ਆਇਆ ਨਾ, ਮਤਲਬ ਮੈਂ ਮੇਰਾ ਸ਼ੇਪ ਸ਼ੂਪ ਸਾਰਾ ਕੁਛ ਹੋ ਰਿਹਾ ਸੀ, ਉਸ ਤੋਂ ਬਾਅਦ ਜਦੋਂ ਮੈਨੂੰ ਸ਼ੀਸ਼ਾ ਦਿਖਾਇਆ ਗਿਆ ਤੇ ਮੇਰੇ ਤੋਂ ਸ਼ੀਸ਼ਾ ਨਹੀਂ ਦਿਖਿਆ ਗਿਆ, ਮੈਂ ਮੂੰਹ ਪਰੇ ਕਰ ਗਿਆ, ਕਿਉਂਕਿ ਉਹ ਆਪਣੇ ਆਪ ਨੂੰ ਦੇਖਣਾ ਬੜਾ ਔਖਾ ਲੱਗਾ। ਘਰਦਿਆਂ ਨੇ ਨਹੀਂ ਕਿਹਾ ਵੀ, ਘਰਦਿਆਂ ਨੇ ਨਹੀਂ ਕਿਹਾ ਵੀ ਇਹ ਕਿਉਂ ਕਰਾ ਤੂੰ? ਮੈਂ ਜਦੋਂ ਪਹਿਲੀ ਵਾਰ ਵਾਲ ਕਟਾਏ ਸੀ ਮੇਰੇ ਘਰ ਦੇ ਕਈ ਦਿਨ ਬੋਲੇ ਨਹੀਂ ਸੀ ਮੇਰੇ ਨਾਲ, ਤੁਹਾਡੇ ਤੋਂ ਸਾਰਾ। ਚਲੋ ਨਹੀਂ ਨਹੀਂ ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ, ਤੁਹਾਡੇ ਕੰਮ ਕਰਨ ਦਾ ਸਟਾਈਲ ਔਰ ਕੰਮ ਬਹੁਤ ਵਧੀਆ ਜ਼ਰੂਰ, ਲੋਕ ਚੰਗੇ ਕੰਮ ਦੀ ਕਦਰ ਕਰਦੇ ਨੇ, ਪਰਮਾਤਮਾ ਵੀ ਸਾਥ ਦਿੰਦਾ, ਅਤੇ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਹਾਜ਼ਰ ਜੀ, ਇੱਕ ਵਾਰ ਫਿਰ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਫਿਲਮ ਦੀ, ਤੁਨਕਾ ਤੁਨਕਾ ਦੀ, ਬਹੁਤ ਵਧੀਆ ਫਿਲਮ ਬਣੀ ਹੈ, ਜ਼ਰੂਰ ਤੁਸੀਂ ਦੇਖੋ ਥੀਏਟਰ, ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝੇ ਕਰਨਾ, ਅਤੇ ਨਾਲ ਦੀ ਨਾਲ ਜਿਹੜੀ ਇੱਕ ਖਬਰ ਜਿਹੜੀ ਆ ਰਹੀ ਹੈ, ਇੰਗਲੈਂਡ ਨਾਲ ਜਿਹੜਾ ਮੈਚ ਚੱਲ ਰਿਹਾ ਸੀ ਬ੍ਰਿਟੇਨ ਦੇ ਨਾਲ, ਉਹਦੇ 'ਚ ਇੰਗਲੈਂਡ ਜਿੱਤ ਗਿਆ, ਅਤੇ ਕੁੜੀਆਂ ਸਾਡੀਆਂ ਜਿਹੜੀਆਂ ਹੈਗੀਆਂ ਸੀ ਮੁਟਿਆਰਾਂ, ਉਹ 5-4 ਦੇ ਮੈਂ ਗੋਲ, 4 ਗੋਲ ਇਹਨਾਂ ਨੇ ਕੀਤੇ, 5 ਉਹਨੇ ਕੀਤੇ ਆ, ਅਤੇ ਇਹਦੇ 'ਚ ਹਾਰ ਹੋਈ ਆ, ਪਰ ਕੋਈ ਐਸੀ ਗੱਲ ਨਹੀਂ, ਜਿਹੜਾ ਬਹੁਤ ਵੱਡਾ ਜਿੱਥੇ ਪਹੁੰਚੀਆਂ ਨੇ ਕੁੜੀਆਂ ਪਹਿਲੀ ਵਾਰ ਜ਼ਿੰਦਗੀ ਦੇ ਇਤਿਹਾਸ ਦੇ ਵਿੱਚ ਓਲੰਪਿਕ ਦੇ ਵਿੱਚ, ਉਹ ਵੀ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਸੋ USA ਦੇ ਹੈਗੇ ਨੇ ਜੀ, ਇੱਥੇ ਫਰੈਜ਼ਨੋ ਲੱਗੀ ਹੈ ਫਿਲਮ, ਮੈਡੈਸਟੋ ਲੱਗੀ ਆ, ਟ੍ਰੇਸੀ ਵੀ ਲੱਗੀ ਆ, ਰੋਜ਼ਵਿਲ ਲੱਗੀ ਹੋਈ, ਸੈਕਰਾਮੈਂਟੋ ਕੋਲ ਯੂਬਾ ਸਿਟੀ, ਅਤੇ ਫਰੀਮਾਉਂਟ। ਅਤੇ ਈਸਟ ਕੋਸਟ ਦੀ ਗੱਲ ਕਰੀਏ ਤਾਂ ਉੱਥੇ ਨਿਊਯਾਰਕ ਦੇ ਵਿੱਚ ਬੰਬੇ ਥੀਏਟਰ 'ਚ ਵੀ ਲੱਗੀ ਆ, ਇੰਡੀਆਨਾ ਵੀ ਲੱਗੀ ਹੋਈ, ਸਿਆਟਲ ਵੀ ਲੱਗੀ ਹੋਈ ਆ, ਕਿਤੇ ਵੀ ਜਾ ਸਕਦੇ ਆ, ਅਤੇ ਜ਼ਰੂਰ ਦੇਖਣ ਜਾਓ ਫਿਲਮ, ਹੌਸਲਾ ਸਾਡਾ ਸਾਨੂੰ ਵਧਾਉਣਾ ਚਾਹੀਦਾ। ਅਤੇ ਥੋੜ੍ਹੀ ਦੇਰ ਵਾਸਤੇ ਅਸੀਂ ਗੱਲ ਜਿਹੜੀ ਕਰਨੀ ਆ ਉਹ ਧੀਰ ਸਾਹਿਬ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਕਰਦੇ ਮੋਟੀਵੇਸ਼ਨ ਦੀ ਹੋਈ। ਜੀ ਧੀਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰਦਾਰ ਜਗਤਾਰ ਸਿੰਘ ਜੀ, ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਇੰਡੀਆ ਫਿਰ ਹਾਕੀ 'ਚ ਨਹੀਂ ਬਣੀ ਗੱਲ, ਹੈ ਨਾ, ਕੁੜੀਆਂ ਦੇ ਕੁੜੀਆਂ ਦਾ ਮੈਚ ਚੱਲਦਾ ਸੀ ਨਾ ਜੀ ਹੁਣ ਤਾਂਬੇ ਦੇ, ਤਾਂ ਉਹਦੇ ਤਗਮੇ ਵਾਸਤੇ, ਤੇ ਉਹ ਬ੍ਰਿਟੇਨ ਜਿੱਤ ਗਿਆ ਉਹਦੇ 'ਚ। ਹਾਂਜੀ, ਲੱਗਦਾ ਤਾਂ ਇਸੇ ਤਰ੍ਹਾਂ ਸੀ, ਕਿਉਂਕਿ ਜਿਸ ਤਰ੍ਹਾਂ ਬ੍ਰਿਟੇਨ ਵਾਲੇ ਖੇਡ ਰਹੇ ਸੀ, ਉਹਨਾਂ ਦੀ ਡਿਫੈਂਸ ਤਕੜੀ ਸੀਗੀ ਜੀ, ਤੇ ਇਸ ਕਰਕੇ ਫਿਰ ਉਹ ਜਿੱਤੀ ਹੈ। ਪਰ ਮੁੰਡਿਆਂ ਦੇ ਵਿੱਚ ਇਹਨਾਂ ਦੀ ਜਿਹੜੇ, ਚਲੋ ਉਹ ਬ੍ਰੌਂਜ ਦਾ ਲੈ ਗਏ ਮੈਡਲ, ਹਾਂਜੀ, ਪਰ ਇੰਨੀ ਵੱਡੀ ਆਬਾਦੀ 1.40 million, ਹਾਂਜੀ, ਆਬਾਦੀ ਦੇ ਲਿਹਾਜ਼ ਨਾਲ ਤਾਂ ਇਹਨਾਂ ਨੂੰ ਕੋਈ ਨਾ ਕੋਈ ਗੋਲਡ ਮੈਡਲ ਤਾਂ ਲੈਣਾ ਚਾਹੀਦਾ ਸੀ। ਇੱਕ ਧੀਰ ਸਾਹਿਬ, ਜਿਹੜਾ ਹੁਣ ਸਾਡੀ ਸਰਕਾਰ ਨੇ, ਪੰਜਾਬ ਨੇ ਅਨਾਊਂਸ ਕੀਤਾ ਕਿ ਪੰਜਾਬ ਦੇ ਖਿਡਾਰੀਆਂ ਨੂੰ 1-1 crore ਦੇਣਗੇ, ਪਹਿਲਾਂ 2.25 crore ਸੀ ਵੀ ਗੋਲਡ ਮੈਡਲ ਲਿਆਉਂਦੇ ਤਾਂ, ਪਰ ਇਹ ਵੀ ਇੱਕ ਫਿਰ ਵਖਰੇਵਾਂ ਕਰਨ ਵਾਲੀ ਗੱਲ ਨਹੀਂ ਵੀ ਸਾਰੀ ਟੀਮ ਦਾ ਜ਼ੋਰ ਲੱਗਿਆ ਵਿੱਚੇ ਕੋਚ ਦਾ, ਅਤੇ ਤੁਸੀਂ ਇਕੱਲੇ ਪੰਜਾਬ ਦੇ ਖਿਡਾਰੀਆਂ ਨੂੰ ਸਨਮਾਨਿਤ ਕਰ ਰਹੇ ਹੋ, ਇਹ ਠੀਕ ਲੱਗਦਾ ਇਹ? ਬਿਲਕੁਲ ਗਲਤ ਗੱਲ ਆ ਜੀ, ਕਿਉਂਕਿ ਦੂਜੇ ਸੂਬਿਆਂ ਦੇ ਵੀ ਖਿਡਾਰੀ ਦੇਖੋ ਜੀ, ਹਰਿਆਣੇ ਵਾਲਿਆਂ ਨੇ ਆਪਣੇ ਖਿਡਾਰੀ ਨੂੰ ਕਰਤਾ ਅਨਾਊਂਸ, 2-2.25 crore। ਇਹਨਾਂ ਦੇ ਅਸੂਲ ਜਿਹੜੇ ਇੰਡੀਆ ਵਾਲੇ ਜਿਹੜੇ ਹੈਗੇ ਨੇ ਸਟੇਟਾਂ ਵਾਲੇ, ਇਹਨਾਂ ਦੇ ਬਹੁਤ ਗਲਤ ਨੇ। ਜਿਹੜਾ ਜੇ ਕੁਛ ਕਰਨਾ ਤਾਂ ਸਾਰੇ ਖਿਡਾਰੀਆਂ ਨੂੰ ਇੱਕੋ ਜਿਹੇ ਕਰਨ, ਵਿੱਚੇ ਕੋਚ ਵਿੱਚੇ ਸਾਰੇ, ਤੇ ਇੱਕ ਦੂਜੀ ਗੱਲ ਨਹੀਂ ਕਰ ਸਕਦੇ ਆਪਸ ਵਿੱਚ ਵੀ ਸਾਰਿਆਂ ਨੂੰ ਇੱਕੋ ਜਿਹਾ ਕਰਨਾ ਚਾਹੀਦਾ? ਕਰਨੀ ਚਾਹੀਦੀ ਹੈ। ਹੁਣ ਪੰਜਾਬ ਵਾਲੇ ਸੋਚਣਗੇ ਕਾਸ਼ ਯਾਰ ਮੈਂ ਵੀ ਹਰਿਆਣੇ ਰਹਿੰਦਾ ਹੁੰਦਾ ਤੇ ਮੈਨੂੰ ਵੀ 2 crore ਮਿਲ ਜਾਣਾ ਸੀ, ਤੇ ਬਰਾਬਰ ਚਾਹੀਦਾ, ਕੋਈ ਵੀ ਦੇਵੇ ਬਰਾਬਰ ਚਾਹੀਦੇ ਦੇਣੇ। ਅੱਛਾ, ਦੂਜੀ ਧੀਰ ਸਾਹਿਬ ਗੱਲ ਜਿਹੜੀ ਇੱਕ ਹੋਰ ਸੀ ਦੇਖਣ ਵਾਲੀ, ਉਹ ਇਹ ਸੀਗੀ ਕਿ ਉੜੀਸਾ ਸਰਕਾਰ ਨੇ ਆਫੀਸ਼ੀਅਲ ਬ੍ਰੈਂਡ ਅੰਬੈਸਡਰ ਬਣੇ, ਉੜੀਸਾ ਸਰਕਾਰ, ਅਤੇ ਉਹ ਸਰਕਾਰ ਨੇ ਇੰਨਾ ਕੀਤਾ, ਹਾਲਾਂਕਿ ਉੜੀਸਾ ਦੇ ਕੋਈ ਬਾਲੇ ਖਿਡਾਰੀ ਵੀ ਨਹੀਂ ਹੋਣੇ, ਪਰ ਉਹਨੇ ਸਰਕਾਰ ਨੇ ਇੰਨੀ ਸਪੋਰਟ ਕੀਤੀ ਓਲੰਪਿਕ ਵਿੱਚ ਗਏ ਖਿਡਾਰੀਆਂ ਦੀ, ਹਾਕੀ ਦੀ ਜਿਹੜੀ ਟੀਮ ਸੀ ਉਹਦੇ ਆਫੀਸ਼ੀਅਲ ਬ੍ਰੈਂਡ ਅੰਬੈਸਡਰ ਸੀਗੇ ਉੜੀਸਾ ਸਰਕਾਰ। ਦੇਖੋ, ਸਾਡੇ ਪੰਜਾਬ 'ਚ ਹਰਿਆਣੇ ਵਾਲਿਆਂ ਨੇ ਨਾਂ ਕੱਢਿਆ, ਪਰ ਦੇਖੋ ਮਜ਼ਦੂਰਾਂ ਦੇ
ਕਿਸਾਨਾਂ ਦੇ ਉਹਨਾਂ ਦੇ ਬੱਚੇ ਬੱਚੇ ਗਏ ਤੇ ਇਹ ਬਾਰਡਰ ਤੇ ਵੀ ਉਹੀ ਬੈਠੇ ਨੇ ਤੇ ਸਾਡੇ ਲੋਕਾਂ ਨੂੰ ਫੇਰ ਵੀ ਕਦੇ ਅੱਤਵਾਦੀ ਕਦੇ ਵੱਖਵਾਦੀ ਕਦੇ ਕੁਛ ਕਹਿੰਦੇ ਨੇ ਜਾਂ ਦੇਸ਼ ਧਰੋਹੀ ਕਹਿੰਦੇ ਨੇ ਹੁਣ ਤੁਸੀਂ ਆਪ ਹੀ ਦੱਸੋ ਵੀ ਅਸੀਂ ਦੇਸ਼ ਨੂੰ ਪਿਆਰ ਕਰਨ ਵਾਲੇ ਜਾਂ ਦੇਸ਼ ਧਰੋਹੀ ਨਾ ਅਸੀਂ ਉੱਚਾ ਕਰਦੇ ਹਾਂ ਮੁਲਕ ਦਾ ਹਾਂਜੀ ਇਹ ਹੁਣ ਪੰਜਾਬ ਦੇ ਖਿਡਾਰੀ ਕਿੰਨੇ 11 ਖਿਡਾਰੀ ਸੀਗੇ ਜੀ 16 ਦੇ ਵਿੱਚ ਹਾਂਜੀ ਪਹਿਲਾਂ ਦੇਖੋ ਦੇਖੋ ਜੀ ਉਦੋਂ ਬਾਅਦ ਹਾਕੀ ਹੁਣ ਉੱਠੀ ਹੈ ਕੇ ਪੀ ਐਸ ਗਿੱਲ ਜਦੋਂ ਸੀਗਾ ਇਹ ਮੇਰੇ ਖਿਆਲ 80 ਤੋਂ ਬਾਅਦ ਹੀ ਆਇਆ ਸੀਗਾ ਇਹ ਜਦੋਂ 84 ਹੋਇਆ ਉਦੋਂ ਬਾਅਦ ਆਇਆ ਹੈ ਨਾ ਉਦੋਂ ਉਦੋਂ ਹਾਕੀ ਦਾ ਐਸਾ ਸੱਤਿਆਨਾਸ਼ ਕੀਤਾ ਇਹਨੂੰ ਪ੍ਰਧਾਨ ਬਣਾਇਆ ਸੀਗਾ ਹਾਕੀ ਫੈਡਰੇਸ਼ਨ ਦਾ ਅਤੇ ਪੂਰਾ ਸੱਤਿਆਨਾਸ਼ ਕਰਕੇ ਐਨ ਕਹਿੰਦੇ ਹੁੰਦੇ ਵੀ ਖੁੱਡੇ ਲੈਣ ਲਾ ਕੇ ਹਾਕੀ ਰੱਖਦੀ ਸੀ ਮੈਂ ਕਿਹਾ ਕੋਈ ਆਉਂਦੇ ਪਹਿਲੀ ਗੱਲ ਤਾਂ ਇਹ ਕੰਪੀਟ ਹੀ ਨਹੀਂ ਸੀ ਕਰਦੇ ਓਲੰਪਿਕ ਦੇ ਵਿੱਚ ਹਾਂਜੀ ਹਾਂਜੀ ਜੇ ਕਿਤੇ ਆ ਜਾਂਦੇ ਸੀ ਤਾਂ ਪਹਿਲੇ ਮੈਚ ਤੇ ਹਾਰ ਜਾਂਦੇ ਸੀ ਹਾਰ ਜਾਂਦੇ ਸੀ ਬੁਰਾ ਹਾਲ ਸੀ ਪਰ ਨਹੀਂ ਚਲੋ ਜੀ ਜੋ ਵੀ ਹੈ ਅਸੀਂ ਬੇਸ਼ੱਕ ਇਹ ਕਹਿੰਦੇ ਹਾਂ ਕਿ 140 ਕਰੋੜ ਦੀ ਆਬਾਦੀ ਹੈ ਅਤੇ ਉਹਨਾਂ 'ਚੋਂ ਆਹ ਵੀ ਨਹੀਂ ਸਰਿਆ ਸਾਨੂੰ ਅਤੇ ਪਰ ਫਿਰ ਵੀ ਚਲੋ ਜੋ ਵੀ ਕੀਤਾ ਉਹ ਠੀਕ ਹੈ ਕੁੜੀਆਂ ਨੂੰ ਮੈਂ ਮੁਬਾਰਕਾਂ ਦਿੰਦਾ ਕਿ ਉਹ ਇਸ ਲੈਵਲ ਤੱਕ ਪਹੁੰਚੀਆਂ ਨੇ ਕੋਈ ਮੁਬਾਰਕ ਦੀ ਹੱਕਦਾਰ ਨੇ ਤੇ ਮੁੰਡਿਆਂ ਨੇ ਵੀ ਚੰਗਾ ਕੀਤਾ ਉਹ ਵੀ ਇੱਥੇ ਪਹੁੰਚੀਆਂ ਨੇ 40 ਸਾਲਾਂ ਦੇ ਬਾਅਦ ਅੱਗੇ ਨੂੰ ਹੋਰ ਤਕੜੇ ਹੋ ਕੇ ਖੇਡਾਂ 'ਤੇ ਆਉਣ ਅਤੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਸਾਰਿਆਂ ਨੂੰ ਪੈਸੇ ਖਿਡਾਰੀਆਂ ਨੂੰ ਬਹੁਤ ਮਿਹਰਬਾਨੀ ਚਲੋ ਬਹੁਤ ਮਿਹਰਬਾਨੀ ਤੁਹਾਡੀ ਜੀ ਰਤੀਰ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਰਸ਼ਪਾਲ ਸਿੰਘ ਬਾਜਵਾ ਜੀ ਬਹੁਤ ਸਵਾਗਤ ਹੈ ਥੋੜਾ ਜਿਹਾ ਸਮਾਂ ਜਿਹੜਾ ਅਵਾਰਡ ਦਿੱਤਾ ਪੰਜਾਬ ਵਾਲਿਆਂ ਨੇ ਹਾਂਜੀ ਜਿਹੜਾ ਤੁਸੀਂ ਦੱਸਿਆ ਜੀ ਦੇਖੋ ਇਹ ਇੱਕ ਟੀਮ ਐਫਰਟ ਹੁੰਦਾ ਹਾਂਜੀ ਅਗਰ 7 ਪਲੇਅਰ ਇੱਕ ਸਟੇਟ ਦੇ ਹੋਣ ਤੇ ਜੇ 4 ਨਾ ਖੇਡਣ ਤੇ 7 ਕੀ ਕਰ ਲੈਣਗੇ ਕੋਚ ਦੀ ਵੀ ਉਨੀ ਜ਼ਿੰਮੇਵਾਰੀ ਕੋਚ ਦਾ ਵੀ ਉਨਾ ਹੀ ਯੋਗਦਾਨ ਸਾਰੀ ਟੀਮ ਨੂੰ ਦੇਣਾ ਚਾਹੀਦਾ ਭਾਵੇਂ 75,000 ਜੋ ਵੀ ਕਰ ਦੇਣਾ ਸੀ ਸਭ ਨੂੰ ਵੀ ਇਸੇ 7 ਕਰੋੜ ਚ ਐਡਜਸਟ ਕਰ ਦੇ ਇਹ ਤਾਂ ਵੰਡੀਆਂ ਪਾਉਣ ਵਾਲਾ ਕੰਮ ਹੋ ਗਿਆ ਖਿਡਾਰੀਆਂ ਦੀ ਆਸ ਵਿੱਚ ਇਹ ਚੀਜ਼ ਆ ਕਿ ਜਿਹੜੇ ਸਾਡੇ ਸਿਆਸਤਦਾਨ ਹੈ ਨਾ ਜੀ ਇਹਨਾਂ ਦੀ ਇਹ ਸਿਆਸਤ ਦਾ ਸਟਾਈਲ ਰਿਫਲੈਕਟ ਕਰਦੇ ਆ ਜੇ ਕਿਤੇ ਇਕੱਠਾ ਪਣ ਦੇਖ ਕੇ ਇਹ ਖੁਸ਼ੀ ਨਹੀਂ ਹੈ ਹਾਂਜੀ ਸੋ ਇਸ ਤਰ੍ਹਾਂ ਦੇ ਤਾਂ ਫੈਸਲੇ ਨਹੀਂ ਕਰਨੇ ਚਾਹੀਦੇ ਬਾਕੀ ਬਹੁਤ ਬਹੁਤ ਵਧਾਈ ਹੈ ਪਲੇਅਰਾਂ ਨੂੰ ਜਿੱਤੇ ਹੈ ਬਹੁਤ ਅੱਛਾ ਪਰ ਜਦੋਂ ਅਸ਼ਵਨੀ ਕੁਮਾਰ ਹੋਇਆ ਕਰਦੇ ਪਹਿਲਾਂ ਹਾਂਜੀ 60s ਚ ਉਹਨਾਂ ਦਿਨਾਂ ਚ ਉਹ ਸੀਗੇ ਆਪਣੇ ਇੰਡੀਅਨ ਹਾਕੀ ਦੇ ਇੰਚਾਰਜ ਉਹ ਵੀ ਪੁਲਿਸ ਡਿਪਾਰਟਮੈਂਟ ਤੋਂ ਸੀ ਉਦੋਂ ਆਪਣੀ ਟੀਮ ਕਾਫੀ ਚੜ੍ਹਾਈ ਤੇ ਸੀ ਪਰ ਉਦੋਂ ਬਾਅਦ ਫਿਰ ਇਹ ਥੋੜੀ ਥੱਲਵੇਂ ਪਾਸੇ ਨੂੰ ਚੱਲੀ ਇਹ ਹਾਂਜੀ KPS ਗੇਲ ਤੋਂ ਜ਼ਿਆਦਾ ਥੱਲੇ ਗਈ ਫਿਰ ਉਦੋਂ ਬਾਅਦ ਗੱਡੀ ਕੋਈ ਚੋਰੀ ਹੋਈ ਤੁਹਾਡੀ ਜੇ ਕਿਤੇ ਥਾਣੇ ਚੱਲ ਜਾਏ ਤੇ ਉਹ ਗੱਡੀ ਚੋਂ ਕੱਖ ਨਹੀਂ ਲੱਭਦਾ ਤੇ ਹਾਕੀ ਚੋਂ ਕੀ ਲੱਭਣਾ ਸਾਨੂੰ ਚਲੋ ਜੀ ਖੈਰ ਅਮੀਰ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਹੋਏਗਾ ਫਿਲਮ ਜਿਹੜੀ ਤੁਨਕਾ ਜ਼ਰੂਰ ਦੇਖਣ ਜਾਓ ਜਿੱਥੇ ਵੀ ਨੇੜੇ ਤੇੜੇ ਲੱਗੀ ਆ ਅਤੇ ਬਹੁਤ ਵਧੀਆ ਵੱਖਰੀ ਤਰ੍ਹਾਂ ਦੀ ਫਿਲਮ ਇੱਕ ਬਣੀ ਹੈ ਮੋਟੀਵੇਟਿਵ ਫਿਲਮ ਹੈਗੀ ਹੈ ਪੂਰੀ ਸਾਨੂੰ ਹੌਸਲਾ ਦੇਣ ਵਾਲੀ ਹੈ ਸੋ ਉਮੀਦ ਕਰਦਾ ਇਹਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਮੇਰਾ ਸੈੱਲ ਨੰਬਰ 2904503328 ਕਿਤੇ ਵੀ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ